ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 2016 ਦੀ ਉਸ ਕੈਪਟਨ ਅਮਰਿੰਦਰ ਸਿੰਘ ਦੀ ਜੋ ਵੀਡੀਓ ਸੀ ਉਹਦੇ ਵੱਲ ਲੈ ਕੇ ਜਾਊਂਗਾ, ਕਿਉਂਕਿ ਕੱਲ੍ਹ ਪਰਸੋਂ ਵੀ ਇਹ ਇਸ਼ਤਿਹਾਰ ਲੱਗੇ ਆ ਬੜੇ ਵੱਡੇ ਵੱਡੇ, ਔਰ ਜਿੱਥੇ ਕਿਹੜਾ ਜੀ ਆਹ ਬੰਦ ਕਰ ਦਾਂ, ਇਹਨੂੰ ਬੰਦ ਕਰ ਦਾਂ, ਜਿਹੜੇ ਇਸ਼ਤਿਹਾਰ ਲੱਗੇ ਆ ਬੜੇ ਵੱਡੇ ਵੱਡੇ ਕਿ ਸਰਕਾਰ ਨੇ 160 ਵਾਅਦਿਆਂ ਤੋਂ ਚੋਂ 141 ਵਾਅਦੇ ਪੂਰੇ ਕਰਤੇ ਆ, ਔਰ ਇਹ ਝੂਠ ਕਈ ਵਾਰੀ ਬੋਲਿਆ ਗਿਆ। ਬੀਬੀ ਸੋਨੀਆ ਗਾਂਧੀ ਕੋਲ ਜਾ ਕੇ ਕਿਹਾ ਗਿਆ ਕਿ ਅਸੀਂ ਜੀ 80% ਵਾਅਦੇ ਪੂਰੇ ਕਰਤੇ ਆ, 140 ਵਾਅਦੇ ਪੂਰੇ ਕਰਤੇ 160 ਚੋਂ, ਇਸ਼ਤਿਹਾਰ ਆਉਂਦਾ 22 ਵਾਅਦਿਆਂ ਦਾ ਜਾਂ 21 ਵਾਅਦਿਆਂ ਦਾ, ਔਰ ਉਸ 21 ਵਾਅਦਿਆਂ 'ਚ ਵੀ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਕਿ 7-8 ਤਾਂ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਨੂੰ ਆਪਣੀ ਪ੍ਰਾਪਤੀ 'ਚ ਦੱਸਤਾ, ਔਰ ਬਾਕੀ ਜਿਹੜੇ ਸੀ ਰੀਪੈਕੇਜ ਕਰਤੇ, ਔਰ ਕਈ ਝੂਠ ਉਹਦੇ 'ਚ ਬੋਲਤੇ ਜਿਹਦਾ ਮੈਂ ਚੰਡੀਗੜ੍ਹ ਬੜੇ ਵਿਸਥਾਰਪੂਰਵਕ ਜ਼ਿਕਰ ਕੀਤਾ ਸੀ। ਮਗਰ ਜਿਹੜੇ ਮੁੱਦੇ ਲਈ ਅੱਜ ਮੈਂ ਤੁਹਾਡੇ ਕੋਲ ਆਇਆ, ਜਿਹੜੀ ਖੁਦਕੁਸ਼ੀ ਰੁਕ ਨਹੀਂ ਰਹੀ, ਔਰ ਅੱਜ ਦਾ ਵੀ ਤੁਸੀਂ ਅਖਬਾਰ ਪੜ੍ਹ ਲਓ, ਅੱਜ ਵੀ ਕਿਸਾਨ ਖੁਦਕੁਸ਼ੀਆਂ ਅੱਜ ਵੀ ਰਿਪੋਰਟ ਹੋਈ ਹੈ, ਔਰ ਕੱਲ੍ਹ ਵੀ ਰਿਪੋਰਟ ਹੋਈ ਸੀ, ਔਰ ਮੈਂ ਕਿਸਾਨ ਖੁਦਕੁਸ਼ੀ ਦਾ ਆਈ ਵਿਧਾਨ ਸਭਾ ਦੇ ਸੈਸ਼ਨ 'ਚ ਜਦੋਂ ਓਬੀਚਰੀ ਰੈਫਰੈਂਸ ਹੁੰਦਾ, ਜਦੋਂ ਸ਼ੋਕ ਪ੍ਰਸਤਾਵ ਜਾਂਦੇ ਆ, ਅਸੀਂ ਜਿੱਥੇ ਬਾਕੀ ਜੋ ਸ਼ਖਸੀਅਤਾਂ ਨੇ ਉਹਨਾਂ ਨੂੰ ਸ਼ੋਕ ਪ੍ਰਸਤਾਵ ਭੇਜਦੇ ਹਾਂ, ਨਾਲ ਹਰ ਵਕਤ ਵਿਧਾਨ ਸਭਾ 'ਚ ਹੁਣ ਕਿਸਾਨ ਅਤੇ ਖੇਤ ਮਜ਼ਦੂਰ ਦੀ ਡੈਥਾਂ ਨੂੰ ਵੀ ਸ਼ੋਕ ਪ੍ਰਸਤਾਵ ਭੇਜ ਰਹੇ ਹਾਂ। ਮਗਰ ਕਹਿਣ ਦਾ ਭਾਵ ਕਿ ਉਹ ਇਕੱਲਾ ਇੱਕ ਕਾਂਗਰਸ ਪਾਰਟੀ ਲਿਪ ਸਰਵਿਸ ਕਰ ਰਹੀ ਹੈ, ਔਰ ਅਸਲੀਅਤ ਇਹ ਹੋ ਗਈ ਕਿ ਅੱਜ ਤੱਕ 1500 ਤੋਂ ਵੱਧ ਡੈਥ ਰੋਜ਼ ਹੋ ਰਹੀਆਂ ਨੇ, ਹੋ ਚੁੱਕੀਆਂ ਨੇ, ਔਰ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ। ਔਰ ਮੈਂ ਉਹ ਵੀਡੀਓ ਤੱਕ ਤੁਹਾਨੂੰ ਲੈ ਕੇ ਚੱਲਿਆ ਜੋ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਕਿ ਉਹ ਕਿਹੜਾ ਕਰਜ਼ਾ ਮਾਫ਼ ਕਰਨਗੇ, ਜੇ ਚਲਾ ਦਿਓ ਪਲੀਜ਼। ਕਈਆਂ ਨੇ ਲੱਖੇ ਦੇ ਨੈਸ਼ਨਲ ਬੈਂਕਾਂ ਚੋਂ, ਕਈਆਂ ਨੇ ਆੜ੍ਹਤੀਆਂ ਚੋਂ ਲਿੱਤੇ ਹੋਏ ਨੇ। ਇਹ ਤਿੰਨਾਂ ਨੇ ਜਿਹੜਾ ਤੁਹਾਡਾ ਕਰਜ਼ਾ ਹੈ ਅਸੀਂ ਦੇਵਾਂਗੇ, ਪੰਜਾਬ ਸਰਕਾਰ ਦੇਊਗੀ, ਤੁਹਾਨੂੰ ਪੇ ਕਰਨ ਦੀ ਲੋੜ ਨਹੀਂ। ਤੁਹਾਡਾ ਕਰਜ਼ਾ ਜੋ ਆੜ੍ਹਤੀਆਂ ਦੇ ਨਾਲ ਹੈ, ਆੜ੍ਹਤੀਆਂ ਨੂੰ ਅਸੀਂ ਦੇਵਾਂਗੇ। ਚਲਾਓ ਚਲਾਓ, ਆੜ੍ਹਤੀਆਂ ਨੂੰ ਅਸੀਂ ਦੇਵਾਂਗੇ। ਅਗਲਾ ਮੁੱਕਦੀ ਗੱਲ ਹੈ ਜੀ, ਆੜ੍ਹਤੀਆਂ ਨੂੰ ਅਸੀਂ ਦੇਵਾਂਗੇ, ਬੈਂਕ ਨੂੰ ਅਸੀਂ ਦੇਵਾਂਗੇ, ਕੋਆਪਰੇਟਿਵ ਨੂੰ ਅਸੀਂ ਦੇਵਾਂਗੇ। ਤਾੜੀਆਂ ਵੀ ਮਰਵਾਈਆਂ, ਲੋਕਾਂ ਦੀਆਂ ਵੋਟਾਂ ਵੀ ਲਈਆਂ, ਮਗਰ ਅੱਜ ਅਸਲੀਅਤ ਤੁਹਾਡੇ ਸਾਹਮਣੇ ਹੈ ਕਿ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ, ਸਕੀਮ ਫੇਲ ਹੈ ਕਾਂਗਰਸ ਦੀ। ਔਰ ਅੱਜ ਉਹਦਾ ਹੀ ਉਦਾਹਰਣ, ਗੁਰਸੇਵਕ ਸਿੰਘ ਜੀ, ਸਨ ਆਫ ਦਰਸ਼ਨ ਸਿੰਘ, ਪਿੰਡ ਲਾਕਣਾ,
ਜਿਨ੍ਹਾਂ ਦਾ ਸਿਰਫ ਤੇ ਸਿਰਫ 1.5 ਲੱਖ ਕਰਜ਼ਾ ਸੀ, ਉਹਨਾਂ ਨੇ ਵੋਟ ਵੀ ਕਰਜ਼ਾ ਮਾਫੀ ਦੇ ਚੱਕਰ 'ਚ ਕਾਂਗਰਸ ਨੂੰ ਦਿੱਤੀ, ਮਗਰ ਉਹਨਾਂ ਦਾ ਕਰਜ਼ਾ ਕਿੰਨਾ ਮਾਫ ਹੋਇਆ? 1 ਰੁਪਈਏ ਤੇ 3 ਪੈਸੇ ਕਿ 4 ਪੈਸੇ? ਇਹ ਅੱਜ ਆਪ ਆਏ ਆ, ਉਹ ਰਸੀਟ ਉਹ ਤੁਹਾਡੀ ਜਿਹੜੀ ਮਾਫੀ ਦੀ ਉਹ ਦਿਖਾ ਦਿਓ। ਆ ਸਟੇਟਮੈਂਟ ਹੈ ਜੀ, ਜਿਸ 'ਚ 1 ਰੁਪਈਏ ਤੇ 4 ਪੈਸੇ ਇਹਨਾਂ ਦੇ ਅਕਾਊਂਟ 'ਚ ਪੰਜਾਬ ਸਰਕਾਰ ਦੀ ਜਿਹੜੀ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਇਹਨਾਂ ਨੂੰ ਇਹ ਦਿੱਤੇ ਗਏ ਆ। ਇਹ ਜਿਹਾ ਮਜ਼ਾਕ ਤੁਸੀਂ ਵੀ ਤੁਸੀਂ ਕਾਗਜ਼ ਫੜ ਕੇ ਵਿਖਾ ਦਿਓ ਆਪਦੇ ਹੱਥ। ਔਰ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਕਿੱਥੇ ਗਏ ਹੋ ਆਪਦੀ ਕਰਜ਼ਾ ਮਾਫੀ ਦਾ ਲੈ ਕੇ? ਆਪਦੀ ਗੱਲ ਬਿਆਨ ਕਰਨਗੇ। ਮੈਨੂੰ ਲੱਗਦਾ ਕੋਈ ਕਾਂਗਰਸ ਦਾ ਲੀਡਰ ਨਹੀਂ ਛੱਡਿਆ ਹੋਣਾ ਜਿਹਦੇ ਕੋਲ ਨਹੀਂ ਪਹੁੰਚੇ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਦਾ ਪ੍ਰੋਗਰਾਮ ਕੀਤਾ ਸੀ, ਉਹ ਤੁਹਾਨੂੰ ਉਹ ਪ੍ਰੋਗਰਾਮ ਵੀ ਯਾਦ ਹੋਣੇ, ਜਦੋਂ ਇਹਨਾਂ ਨੇ ਗੀਤ ਤਾਂ ਸੁਣਾ ਤੇ ਸਟੇਜਾਂ ਤੋਂ ਕਿ ਇਸ਼ਕ ਦਾ ਗਿੱਧਾ ਪੈਂਦਾ ਜਾਂ ਲਾ ਕੇ 3 ਪੈਗ ਬੱਲੀਏ, ਲੋਕਾਂ ਨੂੰ ਤਾਂ ਸੁਣਾ ਤੇ ਉਹ ਗੀਤ, ਮਗਰ ਜਿਨ੍ਹਾਂ ਦੀ ਕਰਜ਼ਾ ਮਾਫੀ ਨੂੰ ਲੈ ਕੇ ਗਏ ਸਨ ਉਹ ਵਿਚਾਰੇ ਅੱਜ ਵੀ ਦਰ ਦਰ ਦੀ ਠੋਕਰਾਂ ਖਾ ਰਹੇ ਆ, ਉਹਨਾਂ ਦੀ ਸੁਣਵਾਈ ਕੋਈ ਨਹੀਂ। ਇਹ ਕੋਆਪਰੇਸ਼ਨ ਮਿਨਿਸਟਰ ਨੂੰ, ਆਪਦੇ ਇਲਾਕੇ ਦੇ ਕਾਂਗਰਸ ਦੇ ਵਿਧਾਇਕ ਨੂੰ, ਹੋਰ ਕਈ ਲੀਡਰਾਂ ਨੂੰ, DC, SC ਮਤਲਬ ਅਫਸਰ ਤਾਂ ਸਾਰੇ ਆ ਗਏ, ਮਗਰ ਇਹਨਾਂ ਦੀ ਸੁਣਵਾਈ ਕੋਈ ਨਹੀਂ। ਔਰ ਮੈਂ ਅੱਜ ਤੁਹਾਨੂੰ ਇੱਕ ਇੱਕ ਸੀਕੁਐਂਸ ਆਫ ਇਵੈਂਟਸ 'ਤੇ ਲੈ ਕੇ ਚੱਲੂੰਗਾ। ਆਹ ਉਹ ਖਬਰ ਹੈ 12 ਅਕਤੂਬਰ 2016 ਦੀ, ਇਹ ਬੁੱਧ ਸਿਉਂ ਦੀ ਖਬਰ ਹੈ, ਜਿਹਦੇ ਘਰ ਕੈਪਟਨ ਅਮਰਿੰਦਰ ਸਿੰਘ ਆਪ ਗਏ ਆ। ਅਤੇ ਇੱਥੇ ਖਬਰ ਆ ਬੈਠੇ ਆਪਣੇ ਪੌਲ ਸਾਹਿਬ, ਇਹਨਾਂ ਦੇ ਅਖਬਾਰ ਦੀ ਇਹ ਖਬਰ ਹੈ, ਅਹੈਡ ਆਫ ਫਾਰਮ ਫੇਸ ਆਫ ਫਾਰਮ ਲੋਨ ਵੇਵਰ ਲੈਫਟ ਹਾਈ ਐਂਡ ਡਰਾਈ ਅਹੈਡ ਆਫ ਪੋਲਸ ਕੈਪਟਨ ਲਾਂਚ ਪਾਰਟੀ ਸਕੀਮ ਫਰੋਮ ਬੁੱਧ ਸਿੰਘ ਹਾਊਸ। ਔਰ ਤੁਸੀਂ ਵੇਖੋ ਇਹਦੇ 'ਚ ਲਿਖਦੇ ਆ ਕਿ ਡੇਰਾ ਬਾਬਾ ਨਾਨਕ ਹਲਕੇ 'ਚ ਅਕੰਪਨੀਡ ਬਾਏ ਨਨ ਅਦਰ ਸੁਖਜਿੰਦਰ ਸਿੰਘ ਰੰਧਾਵਾ ਐਂਡ BS ਪਾੜਾ, ਜਿਹੜੇ ਮਹਿਕਮੇ ਦੇ ਵਜ਼ੀਰ ਆ, ਜਿਹਦਾ ਹਲਕਾ ਜਿੱਥੋਂ ਕਾਰਪੋਰੇਸ਼ਨ ਦੇ ਇਹ ਕਰਜ਼ੇ ਜਿਹੜੇ ਮਾਫ ਹੋ ਰਹੇ ਆ, ਮਗਰ ਬੁੱਧ ਸਿਉਂ ਨਾਲ ਵੀ ਧੋਖਾ ਹੋਇਆ। ਔਰ ਇਹਨੇ ਅੱਗੇ ਇਹ ਲਿਖਦੇ ਆ, ਕਹਿੰਦੇ ਬੋਇਡ ਬਾਏ ਕੈਪਟਨ ਅਮਰਿੰਦਰ ਸਿੰਘ ਅਸ਼ੋਰੈਂਸ, ਆਈ ਐਂਡ ਮਾਈ ਵਾਈਫ ਸਰਜੀਤ ਕੌਰ ਬਰੇਵ ਦ ਮੋਰਨਿੰਗ ਚਿਲ ਟੂ ਕਾਸਟ ਆ ਵੋਟ ਫੋਰ ਦ ਕਾਂਗਰਸ ਰਿਕਾਲਸ ਡਾਊਨ ਕਾਸਟ ਬੁੱਧ ਸਿੰਘ। ਔਰ ਤੁਸੀਂ ਹੈਰਾਨ ਹੋਵੋਗੇ, ਬੁੱਧ ਸਿਉਂ ਦੀ ਕਰਜ਼ਾ ਮਾਫੀ ਤਾਂ ਕੀਤੀ ਨਹੀਂ, ਮਗਰ ਬੁੱਧ ਸਿਉਂ ਨੂੰ ਜਿਹੜਾ ਬਲਾਕ ਦਾ ਪ੍ਰਧਾਨ ਹੈ ਕਾਂਗਰਸ ਦਾ, ਉਹਦੇ ਕੋਲੋਂ ਕੁੱਟ ਜ਼ਰੂਰ ਪੁਆਈ, ਛਿੱਤਰ ਜ਼ਰੂਰ ਪੁਆਏ, ਉਹਦੀ ਪੱਗ ਜ਼ਰੂਰ ਲੱਥੀ, ਔਰ ਸਿਰਫ ਇਸ ਲਈ ਲੱਥੀ ਕਿ ਤੂੰ ਸਰਕਾਰ ਦੇ ਕਰਜ਼ਾ ਮਾਫੀ ਸਕੀਮ ਦੇ ਉਲਟ ਬੋਲਣ ਦੀ ਹਿੰਮਤ ਕਿਵੇਂ ਕੀਤੀ। ਆਹ ਬੁੱਧ ਸਿਉਂ ਦੀ ਕਹਾਣੀ, ਆਹ ਵੀਡੀਓ ਵਿੱਚ ਤੁਸੀਂ ਰੈਡੀ ਕਰ ਲਓ, ਚਲਾ ਦਿਓ ਜੀ, ਰੈਡੀ ਆ, ਆਹ ਵੀਡੀਓ ਵੇਖ ਲਿਓ ਜੀ ਫੋਰ ਯੋਰ। ਉਹਦੀ ਲੜਾਈ ਦੀ ਵੀਡੀਓ ਵੀ ਉਹ ਵੀ ਚਲਵਾਓ, ਲੜਾਈ ਵਾਲੀ ਵੀਡੀਓ। ਇਹ ਸਾਂਭ ਕੇ ਰੱਖਿਓ, ਕੌਣ ਕਹਿ ਰਿਹਾ? ਸੁਖਜਿੰਦਰ ਰੰਧਾਵਾ ਕਹਿ ਰਿਹਾ ਸਾਂਭ ਕੇ ਰੱਖਿਓ। We are starting a program
ਇਹ ਤਾਂ ਆਗੇ ਜੀ ਜਿੱਥੇ ਮੈਂ ਤੁਹਾਨੂੰ ਇੱਕ ਇੱਕ ਵਿਦ ਪ੍ਰੂਫ ਪੇਸ਼ ਕਰ ਰਿਹਾ ਤੇ ਮੈਂ ਤੁਹਾਨੂੰ ਉਹ ਵੀਡੀਓ ਵੀ ਸਾਡੀ ਰੈਡੀ ਹੋ ਰਹੀ ਆ ਜਦੋਂ ਕਾਂਗਰਸ ਦਾ ਬਲਾਕ ਪ੍ਰਧਾਨ ਦਾ ਮੁੰਡਾ ਜੀ ਹਾਂਜੀ ਭਮਰਾ ਉਹਦਾ ਮੁੰਡਾ ਇਹਨੂੰ ਕੁੱਟਦਾ ਹੈ ਔਰ ਅੱਜ ਇਹਦੀ ਪੱਗ ਵੀ ਲਾਈ ਇਹਦੀ ਦਾੜੀ ਵੀ ਪੁੱਟੀ ਬਜ਼ੁਰਗ ਦੀ ਅੱਜ ਤੱਕ ਉਹ ਪਰਚਾ ਨਹੀਂ ਦਰਜ ਹੋਣ ਦਿੱਤਾ ਕਿਉਂ ਨਹੀਂ ਦਰਜ ਹੋਣ ਦਿੱਤਾ ਕਿਉਂਕਿ ਜਿਹੜੇ ਸਤਿਕਾਰਯੋਗ ਵਜ਼ੀਰ ਸਾਹਿਬ ਇਹਦੇ ਵਿੱਚ ਹੈ ਉਹਨਾਂ ਦਾ ਉਚੇਤਾ ਮਹਾਕੁੱਟ ਸਿਰਫ ਇਸ ਲਈ ਪਈ ਕਿਉਂਕਿ ਤੂੰ ਕਰਜ਼ਾ ਮਾਫ਼ੀ ਦੀ ਗੱਲ ਕੀਤੀ ਫਿਰ ਤੁਸੀਂ ਇਹ ਵੇਖੋ ਇਹ ਖਬਰ ਵੀ ਤੁਸੀਂ ਪੜ੍ਹੀ ਹੋਣੀ ਪਰਿਵਾਰ ਦੇ ਪੰਜਵੇਂ ਜੀ ਨੇ ਖੁਦਕੁਸ਼ੀ ਕੀਤੀ ਆ ਬਰਨਾਲੇ ਦੀ ਉਹ ਕਹਾਣੀ ਬੜੀ ਦੁੱਖ ਭਰੀ ਕਹਾਣੀ ਲਵਪ੍ਰੀਤ ਸਿੰਘ ਔਰ ਲਵਪ੍ਰੀਤ ਦੇ ਬਜ਼ੁਰਗ ਨੇ ਕੁਲਵੰਤ ਸਿੰਘ ਇਹਦੇ ਨਾਲ ਖਬਰ ਲੱਗੀ ਕਰਜ਼ਾ ਮਾਫ਼ੀ ਵਾਲੇ ਦਿਨ ਪਿਤਾ ਨੇ ਕੀਤੀ ਖੁਦਕੁਸ਼ੀ ਜਿਸ ਦਿਨ ਸ਼ੁਰੂ ਹੋਣਾ ਸੀ ਉਸ ਦਿਨ ਇਹਦੇ ਫਾਦਰ ਨੇ ਕੁਲਵੰਤ ਸਿੰਘ ਨੇ ਖੁਦਕੁਸ਼ੀ ਕੀਤੀ ਮੈਂ ਬਾਰ ਬਾਰ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਨਾਲ ਸਭ ਤੋਂ ਵੱਡਾ ਫਰਾਡ ਤੇ ਧੋਖਾ ਕੀਤਾ ਔਰ ਇਹ ਫੇਲ ਸਕੀਮ ਹੈ ਇਹ ਫਲੋਪ ਸਕੀਮ ਹੈ ਔਰ ਇਸੇ ਕਾਰਨ ਕਰਕੇ ਅੱਜ ਵੀ ਖੁਦਕੁਸ਼ੀ ਨਹੀਂ ਰੁਕ ਰਹੀ ਫਿਰ ਵੇਖੋ ਫਰਾਡ ਕਿੰਨੇ ਹੋਏ ਆ ਸਾਡੇ ਬਾਵਜੂਦ ਮੰਗਣ ਤੋਂ ਬਾਹਰ ਵੀ ਇਹ ਅੱਜ ਤੱਕ ਇਨਕੁਆਇਰੀ ਨਹੀਂ ਮਾਕ ਹੋ ਰਹੀ ਆ ਇਹਨਾਂ ਦਾ ਤਾਂ 1.5 ਲੱਖ ਮਾਫ਼ ਨਹੀਂ ਹੁੰਦਾ ਆ ਗੁਰਸੇਵਕ ਸਿੰਘ ਹੈ ਜੀ ਬਲਾਕ ਪ੍ਰੈਜੀਡੈਂਟ ਕਾਂਗਰਸ ਅਤੇ ਉਹਨਾਂ ਦੀ ਮਾਤਾ ਬਲੋ ਇਹ ਨਿਹਾਲ ਸਿੰਘ ਵਾਲਾ ਪਿੰਡ ਹੈ ਇਹ ਵੀ ਖਬਰ ਲੱਗੀ ਸੀ ਇੱਕ ਅਖਬਾਰ 'ਚ ਜਿਹਦੇ 'ਚ ਲਿਖਿਆ ਇਨ ਪੰਜਾਬ ਵੇਵਰ ਲਿਸਟ ਕਾਂਗਰਸ ਲੀਡਰਸ ਦੇਅਰ ਕਿਨ ਐਂਡ ਕਿਸੇ ਜਿਹੜਾ ਲੋੜਵੰਦ ਸੀ ਉਹਦੇ 3 ਰੁਪਏ ਮਾਫ਼ ਹੋਏ ਅਤੇ ਗੁਰਸੇਵਕ ਸਿੰਘ ਦਾ 1,94,00,000 ਉਹਦਾ ਮਾਫ਼ ਹੋਇਆ 1,94,000 ਅਤੇ ਮਾਤਾ ਦਾ 2 ਲੱਖ ਹੋ ਗਿਆ ਮਗਰ ਜਿਹੜੇ ਬੁੱਧ ਸਿਉਂ ਵਰਗੇ ਜਾਂ ਗੁਰਸੇਵਕ ਸਿਉਂ ਵਰਗੇ ਜਾਂ ਹੋਰ ਕਈ ਕਿਸਾਨ ਜਿਹੜੇ ਐਕਚੁਅਲ ਬੈਨੀਫਿਸ਼ਰੀ ਸੀ ਉਹਨਾਂ ਦਾ ਨਹੀਂ ਹੋਇਆ ਸਿਰਫ ਧਾਂਦਲੀ ਰਿਕਾਰਡਾਂ 'ਚ ਕੀਤੀ ਗਈ ਟੂ ਫੇਵਰ ਕਾਂਗਰਸ ਲੀਡਰ ਔਰ ਇਹਦੇ 'ਚ ਇੱਕ ਖਬਰ ਨਹੀਂ ਇਸੇ ਤਰ੍ਹਾਂ ਇਹਦੇ 'ਚ ਆਇਆ ਅੱਗੇ ਜਸਵੰਤ ਸਿੰਘ ਸੀਨੀਅਰ ਵਾਈਸ ਪ੍ਰੈਜੀਡੈਂਟ ਆਫ ਦਾ ਕਾਂਗਰਸ ਨਿਹਾਲ ਸਿੰਘ ਵਾਲਾ ਉਹਦਾ ਵੇਵਰ ਕਰਤਾ ਔਰ ਨਾਲ ਹੀ ਸੁਖਦੇਵ ਸਿੰਘ ਦਾ ਵੇਵਰ ਕਰਤਾ ਜਿਨ੍ਹਾਂ ਦੀ 19 ਏਕੜ ਜ਼ਮੀਨ ਸੀ 5 ਏਕੜ ਤੱਕ ਦੀ ਮਾਫ਼ੀ ਆ 2.5 ਤੇ 5 ਏਕੜ ਵਾਲੇ ਦੀ ਉਹਨਾਂ ਦੇ ਤਾਂ 20-20 ਏਕੜ ਵਾਲਿਆਂ ਦੇ 8-8 ਏਕੜ ਵਾਲਿਆਂ ਦੇ ਪੈਸੇ ਮਾਫ਼ ਹੋ ਗਏ ਅਤੇ ਜਿਹੜਾ ਅਸਲ ਲੋੜਵੰਦ ਸੀ 2.5 ਏਕੜ ਵਾਲਾ ਜਾਂ 5 ਏਕੜ ਵਾਲਾ ਉਹਨੂੰ ਜਾਂ ਕੁੱਟ ਪੈਂਦੀ ਆ ਜਾਂ ਪੱਗ ਲੱਥਦੀ ਆ ਜਾਂ ਉਹ ਦਰ ਦਰ ਦੀ ਠੋਕਰ ਖਾਂਦਾ ਉਹਦੀ ਮਾਫ਼ੀ ਕੋਈ ਨਹੀਂ ਫਿਰ ਇਹ ਖਬਰਾਂ ਵੀ ਤੁਸੀਂ ਪੜ੍ਹੀਆਂ ਹੋਣੀਆਂ ਜਿੱਥੇ
ਕਿਸੇ ਇੱਕ ਦਾ ਜਿਵੇਂ ਇਹਨਾਂ ਦੇ ਇੱਕ ਰੁਪਇਆ ਚਾਰ ਪੈਸੇ ਮਾਫ ਕੀਤੇ ਆ, ਉੱਥੇ ਇਹਦਾ ਦੂਜਾ ਬਲਵਿੰਦਰ ਸਿੰਘ ਹੈ ਆਫ ਘਮਰੋਡਾ ਵਿਲੇਜ ਇਨ ਪਟਿਆਲਾ, ਉਹਦਾ 7 ਰੁਪਏ ਮਾਫ ਕਰਤਾ, ਜਦਕਿ ਉਹਦਾ ਸਾਰਾ ਹੀ ਲੋਨ ਕੋਆਪਰੇਟਿਵ ਸੁਸਾਇਟੀ ਤੋਂ 41,000 ਸੀ, ਉਹਦੀ ਮਾਫੀ ਨਹੀਂ ਹੋਈ। 7 ਰੁਪਏ ਦੀ ਹੋਈ, 41,000 ਉਹਦਾ ਮਾਫ ਨਹੀਂ ਹੋਇਆ। ਨਾਲ ਹੀ ਕਈ ਨੇ ਜਿਹਨਾਂ ਨੂੰ 100 ਰੁਪਏ ਤੋਂ ਘੱਟ ਮਿਲੇ, ਇੱਕ ਨੂੰ 29 ਰੁਪਏ ਬਚਨ ਸਿੰਘ ਨੂੰ, ਇੱਕ ਨੂੰ 45, 30, 83। ਇਹ ਖਬਰ ਮੈਂ ਤੁਹਾਨੂੰ ਇਕੱਲੀ ਇਕੱਲੀ ਅਖਬਾਰ ਦੀ ਵਿਦ ਪ੍ਰੂਫ ਗੱਲ ਕਰ ਰਿਹਾ। ਫਰੀਡਮ ਫਾਈਟਰ ਦੇ ਨਿਆਣੇ ਵੀ ਇਸ ਧੋਖਿਆਂ ਦੇ ਲਪੇਟ 'ਚ ਆਏ। ਫਰੀਦਕੋਟ ਦੀ ਉਹ ਖਬਰ ਹੈ, ਇੱਕ ਫਰੀਡਮ ਫਾਈਟਰ ਸਾਡੇ ਲੇਟ ਉਧਮ ਸਿੰਘ ਜੀ, ਉਹਨਾਂ ਦੇ ਗ੍ਰੈਂਡਸਨ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਝਾਸੇ 'ਚ ਆ ਕੇ, ਕਾਂਗਰਸ ਦੇ ਝਾਸੇ 'ਚ ਆ ਕੇ, ਜਿਹੜਾ ਕਾਂਗਰਸ ਪਾਰਟੀ ਨੇ ਉਹਨਾਂ ਨਾਲ ਫਰੋਡ ਕੀਤਾ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ, ਉਹ ਪਰਿਵਾਰਾਂ ਨੂੰ ਵੀ ਠੱਗਣ ਦਾ ਕੰਮ ਆ ਕਾਂਗਰਸ ਪਾਰਟੀ ਕਰ ਰਹੀ ਆ। ਅੱਜ ਤੱਕ ਉਹਨਾਂ ਦੀ ਵੀ ਕਿਸੇ ਨੇ ਸਾਰ ਨਹੀਂ ਲਈ ਹੈ। ਇਸੇ ਤਰ੍ਹਾਂ ਇਹ ਉਹੀ ਉਹਦੀ ਖਬਰ ਹੀ ਹੈ, ਆਈ ਥਿੰਕ ਉਹ ਰਿਪੀਟ ਹੋ ਗਈ। ਕਰਜ਼ਾ ਮਾਫੀ ਦੇ ਨਾਲ ਨਾਂ ਤੇ ਕੋਝਾ ਮਜ਼ਾਕ, ਆ 24 ਮਈ 2018 ਜਿਨ੍ਹਾਂ ਨੂੰ ਇਹਦੇ 'ਚ ਲਿਖਿਆ ਕਿਸੇ ਦਾ 3 ਰੁਪਏ, ਕਿਸੇ ਦੇ 4 ਰੁਪਏ, ਕਿਸੇ ਦੇ 17 ਰੁਪਏ। ਇਹ ਜੀ ਮਤਲਬ ਮੇਰੇ ਕੋਲ ਅਣਗਿਣਤ ਖਬਰਾਂ ਨੇ ਜਿੱਥੇ 5-5 ਰੁਪਏ ਤੱਕ ਵੀ ਦਿੱਤੇ ਗਏ। ਇਹ ਜੇ ਹਾਲਾਤਾਂ 'ਚ ਅੱਜ ਤੁਸੀਂ ਆਪਾਂ ਸਾਰੀਆਂ ਖਬਰਾਂ ਮੈਂ ਤੁਹਾਡੇ ਕੋਲ ਲੈ ਕੇ ਆਇਆ, ਪੁਰਾਣੀ ਖਬਰ ਹੈ, ਭਾਵੇਂ ਅੱਜ ਤਾਂ ਫਿਗਰ ਉਹ 13-1400 ਟੱਪ ਗਿਆ, ਮਗਰ ਮੇਰਾ ਜਿਹੜਾ ਕਹਿਣ ਦਾ ਭਾਵ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਕਰੋੜਾਂ ਹੀ ਰੁਪਈਏ ਲੋਕਾਂ ਦੇ ਖਜ਼ਾਨੇ ਤੋਂ ਇਸ਼ਤਿਹਾਰ ਲਾ ਰਹੀ ਹੈ, ਐਡ ਦੇ ਰਹੀ ਹੈ ਔਨ ਡੇਲੀ ਬੇਸਿਸ ਕਿ ਜੀ ਅਸੀਂ 140 ਵਾਅਦੇ ਪੂਰੇ ਕਰਤੇ। ਆ ਬਿਆਨ ਕੈਪਟਨ ਅਮਰਿੰਦਰ ਸਿੰਘ ਦਾ ਕੱਲ੍ਹ ਦੀ ਅੰਗਰੇਜ਼ੀ ਹਿੰਦੁਸਤਾਨ ਟਾਈਮਜ਼ ਅਖਬਾਰ 'ਚ ਹਾਸੋਹੀਣੀ ਬਿਆਨ, ਕਹਿੰਦੇ ਜਿਹੜਾ ਤਾਂ ਫਾਈਨੈਂਸ਼ੀਅਲ ਇੰਪਲੀਕੇਸ਼ਨ ਦੇ ਸੀ ਨਾ, ਉਹ ਪ੍ਰੋਗਰਾਮ ਤਾਂ ਅਸੀਂ ਨਹੀਂ ਕੀਤੇ, ਮਗਰ ਬਾਕੀ ਵਾਅਦੇ ਸਾਰੇ ਪੂਰੇ ਕਰਤੇ। ਬਾਕੀ ਸੀ ਕਿਹੜੇ? ਤੁਹਾਡੇ ਤਾਂ ਸਾਰੀ ਫਾਈਨੈਂਸ਼ੀਅਲ ਇੰਪਲੀਕੇਸ਼ਨ ਸੀ। ਕੀ ਤੁਸੀਂ 2500 ਰੁਪਈਆ ਪੈਨਸ਼ਨ ਕੀਤੀ? ਨਹੀਂ। 51,000 ਰੁਪਈਆ ਸ਼ਗਨ ਕੀਤਾ? ਨਹੀਂ। ਤੁਸੀਂ ਬੱਚਿਆਂ ਨੂੰ ਸਾਈਕਲ ਦੇਣੇ ਸੀ ਕਿ ਦਿੱਤੇ? ਨਹੀਂ। ਬੇਰੋਜ਼ਗਾਰੀ ਭੱਤਾ ਤੁਸੀਂ ਦੇਣਾ ਸੀ 2,000-2500, ਕੀ ਉਹ ਦਿੱਤਾ? ਨਹੀਂ। ਤੁਸੀਂ ਨਾਲ ਹੀ ਕਿਹਾ ਸੀਗਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਹ ਤੁਹਾਡੇ ਜਿਹੜੇ ਸਰਕਾਰ ਦੇ ਇਸ਼ਤਿਹਾਰ ਜ਼ਰੂਰ ਆ ਜਾਂਦੇ ਆ, ਮਗਰ ਜਿਹੜੇ ਪੱਚ ਲੱਗ ਰਹੇ ਉਹ ਬੱਚੇ ਸਭ ਦੇ ਸਾਹਮਣੇ। ਕਿ ਇੱਕ ਵੀ ਨੌਕਰੀ ਇਹਨਾਂ ਨੇ ਨਹੀਂ ਕੱਢੀ, ਜਦਕਿ ਲੋਕਾਂ ਕੋਲੋਂ ਫਾਰਮ ਘਰ ਘਰ ਜਿਵੇਂ ਕਰਜ਼ੇ ਮਾਫੀ ਦੇ ਭਰਾਏ ਸੀ, ਉਸੇ ਤਰ੍ਹਾਂ ਜਾ ਕੇ ਇਹ ਨੌਕਰੀ ਦੇ ਵੀ ਭਰਾਏ ਸੀ। ਐਸ ਸੀ ਸਕਾਲਰਸ਼ਿਪ ਨਹੀਂ ਮਿਲ ਰਹੀ, ਕੋਈ ਫਲੈਗਸ਼ਿਪ ਸਕੀਮ ਇਹ ਜੀ ਨਹੀਂ ਜਿਹੜੇ ਸਾਰੇ ਅੱਛਾ ਮੋਬਾਈਲ ਫੋਨ, ਤੁਸੀਂ ਮੋਬਾਈਲਾਂ ਦਾ ਤਾਂ ਮਜ਼ਾਕ ਉੱਡ ਗਿਆ। ਜਦੋਂ ਇਲੈਕਸ਼ਨ ਆਉਂਦੀ ਹੈ, ਖਜ਼ਾਨਾ ਮੰਤਰੀ ਸਾਹਿਬ ਐਲਾਨ ਕਰ ਦਿੰਦੇ ਆ ਕਿ ਹੁਣ ਪਾਰਲੀਮੈਂਟ ਦੀ ਚੋਣ ਆਈ, ਜਾਂ ਉਸ ਤੋਂ ਪਹਿਲਾਂ 22 ਇਲੈਕਸ਼ਨਾਂ ਆਈਆਂ ਆਪਣੀ ਉਹ ਸ਼ਾਹਕੋਟ ਦੀ, ਉਦੋਂ ਵੀ ਐਲਾਨ ਹੋਇਆ, ਫਿਰ ਐਮ ਪੀ ਵੇਲੇ ਐਲਾਨ ਹੋਇਆ ਅਤੇ ਹੁਣ ਫਿਰ ਐਲਾਨ ਹੋ ਗਿਆ। ਮੈਨੂੰ ਤਾਂ ਲੱਗਦਾ ਜਿਸ ਦਿਨ ਉਹ ਮੋਬਾਈਲ ਆਊਗਾ ਨਾ, ਲੋਕ ਉਹਨੂੰ ਖੁਸ਼ੀ ਨਾਲ ਹੀ ਜਿਵੇਂ ਘਰ 'ਚ ਸਜਾ ਕੇ ਉਹਨੂੰ ਧੂਪ ਵਿਖਾਇਆ ਕਰਨਗੇ ਕਿ ਕੈਪਟਨ ਦਾ ਮੋਬਾਈਲ ਆ ਗਿਆ, ਸ਼ੁਕਰ ਹੈ। ਮਗਰ ਇਹ ਜਿਹਾ ਮਜ਼ਾਕ ਕੋਈ ਚੀਜ਼ ਜੇ ਪੂਰੀ ਹੋਈ ਹੋਵੇ, ਔਰ ਅੱਜ ਇਹ ਜੇ, ਅੱਜ ਤਾਂ ਚਲੋ ਅਸੀਂ ਇੱਕ ਇੱਕ ਕਰਕੇ ਲਿਆ ਰਹੇ ਹਾਂ, ਮਗਰ ਇਹ ਜੇ ਹਰ ਜ਼ਿਲ੍ਹੇ 'ਚ ਗੁਰਸੇਵਕ ਸਿੰਘ ਜੀ ਵਰਗੇ ਹਰ ਜ਼ਿਲ੍ਹੇ 'ਚ ਵਿਚਾਰੇ ਕਿਸਾਨ ਅਤੇ ਖੇਤ ਮਜ਼ਦੂਰ ਤੁਰੇ ਫਿਰਦੇ, ਔਰ ਤੁਸੀਂ ਵੱਡੀ ਗੱਲ ਵੇਖੋ, ਆਹ ਹੜ੍ਹਾਂ ਦਾ ਨੁਕਸਾਨ ਹੋਇਆ,
ਮੁਆਵਜ਼ੇ ਐਲਾਨ ਤੇ 17 ਦਾ ਮੁਆਵਜ਼ਾ ਪਹਿਲਾਂ ਨਹੀਂ ਦਿੱਤਾ, 18 ਦਾ ਨਹੀਂ ਦਿੱਤਾ ਤੇ 19 ਦਾ ਕਿੱਥੋਂ ਆ ਜਾਣਾ? ਔਰ ਤੁਸੀਂ ਚੈੱਕ ਕਰਾਇਓ ਪਲੀਜ਼, ਪਤਾ ਕਰਿਓ ਕਿ ਅੱਜ ਤੱਕ ਮੁਆਵਜ਼ੇ ਜਾਂ ਜ਼ਿਲ੍ਹੇਵਾਰ ਜਿਹੜੇ ਡਿਜ਼ਾਸਟਰ ਰਿਲੀਫ ਫੰਡ ਦੇ ਪੈਸੇ ਸੀ ਉਹ ਤਾਂ ਖੁਰਤਬੁਰਤ ਕਰਕੇ ਜਿਹੜੇ ਗਵਰਨਮੈਂਟ ਆਫ ਇੰਡੀਆ ਤੋਂ ਆਏ ਸੀ, ਮਗਰ ਅੱਗੇ ਕੀ ਭੇਜਿਆ? ਕਿੱਥੇ 1 ਕਰੋੜ ਰੁਪਈਆ, ਕਿੱਥੇ 1.5 ਕਰੋੜ ਰੁਪਈਆ, ਕੀ ਉਹਦੇ ਨਾਲ ਹੜਾਂ ਦਾ ਕੋਈ ਹੋ ਜੂਗਾ? ਫਿਰ ਵੱਡੀ ਗੱਲ, 750 ਕਰੋੜ ਰੁਪਈਆ ਗੰਨੇ ਦੇ ਕਿਸਾਨਾਂ ਦਾ ਉਹ ਸਰਕਾਰ ਦੱਬ ਕੇ ਬੈਠੀ, ਜੇ ਬੀਜ ਦੇਣੇ ਆ ਉਹਨਾਂ ਨੂੰ, ਬੀਜ 'ਚ ਉਹਨਾਂ ਨੂੰ ਮਾਫ਼ੀ ਨਹੀਂ ਕੋਈ, ਬੀਜ 'ਤੇ ਪੂਰੇ ਪੈਸੇ ਲੈਂਦੇ ਆ ਅਤੇ ਨਾਲ ਇੰਟਰਸਟ ਵੀ ਚਾਰਜ ਕਰ ਰਹੇ, ਹਰ ਪਾਸਿਓਂ ਕਿਸਾਨ ਨੂੰ ਘੇਰਾ ਪੈਂਦਾ ਜਾ ਰਿਹਾ, ਉਹਨਾਂ ਨੂੰ ਰਗੜਾ ਚਲੀ ਜਾ ਰਿਹਾ, ਅਤੇ ਫਿਰ ਇਹਨਾਂ ਹਾਲਾਤਾਂ 'ਚ ਖੁਦਕੁਸ਼ੀਆਂ ਨਹੀਂ ਹੋਣਗੀਆਂ ਅਤੇ ਕੀ ਹੋਣਗੇ? ਔਰ ਸਰਕਾਰ ਇਹ ਸਲੀਪਿੰਗ ਸੌਂ ਗਈ ਹੈ ਗੂੜੀ ਨੀਂਦ 'ਚ, ਮੈਟਰ ਐਡਰੈਸ ਨਹੀਂ ਹੋ ਰਹੇ। ਜਦੋਂ ਹੜਾਂ ਦਾ ਸਵਾਲ ਵੀ ਹੋਇਆ ਖਜ਼ਾਨਾ ਮੰਤਰੀ ਸਾਹਿਬ ਦਾ, ਤੁਸੀਂ ਰਿਐਕਸ਼ਨ ਵੇਖ ਹੀ ਲਿਆ ਸੀਗਾ ਕਿ ਪੰਗੇ ਵਾਲਾ ਸਵਾਲ ਨਾ ਕਰਿਓ, ਲੋਕ ਦੁਖੀ ਨੇ, ਲੋਕ ਰੋਜ਼ ਮਤਲਬ ਆਪਣੇ ਸੂਬੇ 'ਚ ਪੰਜਾਬ 'ਚ ਅੱਜ ਮੈਂ ਦੁੱਖ ਨਾਲ ਕਹਿੰਦਾ ਕਿ ਹਿਊਮਨ ਵੈਲਿਊ, ਹਿਊਮਨ ਲਾਈਫ, ਇੱਕ ਇਨਸਾਨ ਦੀ ਜਾਨ ਦੀ ਕੋਈ ਕੀਮਤ ਹੀ ਨਹੀਂ ਰਹਿ ਗਈ। ਆ ਬੰਬ ਬਲਾਸਟ 'ਤੇ ਮੈਂ ਅੱਜ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਇੱਕ ਵੱਖਰਾ ਟੌਪਿਕ ਹੈ। 11-12 ਇੰਸੀਡੈਂਟ ਹੋ ਗਏ ਬਟਾਲੇ ਵਾਲਾ, ਜੌੜੇ ਫਾਟਕ ਵਾਲਾ, ਲੁਧਿਆਣੇ ਵਾਲਾ, ਕਿਹੜੇ ਕਿਹੜੇ ਇਨਕੁਆਇਰੀਆਂ ਮਾਰਕ ਹੋ ਗਈ, ਰਿਜ਼ਲਟ 0 ਕੀ ਅੱਜ ਤੱਕ ਕੋਈ ਗੁਨੇਗਾਰ ਜਾਂ ਜ਼ਿੰਮੇਵਾਰ ਪਾਇਆ ਗਿਆ? ਜਿਨ੍ਹਾਂ ਨੇ ਇਹਨਾਂ ਲਿਸਟਾਂ 'ਚ ਕਿਸਾਨਾਂ ਦੀ 'ਚ ਧਾਂਦਲੀ ਕੀਤੀ ਕੀ ਅੱਜ ਤੱਕ ਕੋਈ ਕਾਰਵਾਈ ਹੋਈ? ਨਹੀਂ। ਜਿਹੜੇ ਵਾਅਦੇ ਵਜ਼ੀਰ ਅਤੇ ਮੁੱਖ ਮੰਤਰੀ ਕਹਿ ਕੇ ਭੱਜ ਰਹੇ ਆ ਕਿ ਕੋਈ ਇਨਸਾਫ਼ ਹੋ ਸਕਦਾ? ਹੁਣ ਮੈਂ ਚਾਹੂੰਗਾ ਤੁਸੀਂ ਉਹ ਵੀਡੀਓ ਵੀ ਜੇ 2 ਮਿੰਟ ਵੇਖ ਲਓ ਕਿ ਬੁੱਧਸ਼ਾਹ ਨੂੰ ਕੁੱਟ ਕਿਵੇਂ ਪੈਂਦੀ ਸੀ, ਥਾਣਾ ਸਾਹਮਣੇ, ਥਾਣੇਦਾਰ ਦੀ ਅੱਖ ਦੇ ਸਾਹਮਣੇ, ਥਾਣੇਦਾਰ ਨੂੰ ਵੀ ਉਹਦੇ 'ਚ ਇੱਕ 'ਚ ਹੈੱਡ ਕਾਂਸਟੇਬਲ ਸੀ, ਉਹਨੂੰ ਕੁੱਟ ਪਈ ਜਦੋਂ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ। ਉਹਨੂੰ ਮੈਂ ਫੋਨ ਕੀਤਾ, ਉਹਨੂੰ ਮੈਂ ਕਿਹਾ ਜੇ ਤੂੰ ਸੱਚ ਵੇਖਿਆ ਤਾਂ ਤੂੰ ਕਾਰਵਾਈ ਕਿਉਂ ਨਹੀਂ ਕਰਦੇ? ਕਹਿੰਦੇ ਭਾਅ ਜੀ ਤੁਸੀਂ ਸਿਆਣੇ ਹੋ, ਸਾਡੇ 'ਤੇ ਦਬਾਅ ਬੜਾ। ਆਹ ਤਾਂ ਗੱਲ ਹਾਲਾਤ, ਆਹ ਵੇਖ ਲਓ, ਆਹ ਬੁੱਧਸ਼ਾਹ ਦੀ ਹੁਣੇ ਆਊਗੀ ਫੋਟੋ ਤੁਹਾਨੂੰ, ਉਹ ਲਾਲ ਬੱਤੀ ਨਾਲ ਵਿਖਾ ਦੀ ਯਾਰ ਕਿਸੇ, ਉਹਨੇ ਵੇਖਿਓ ਜਦੋਂ ਨਿਕਲ ਕੇ ਆਉਂਦਾ। ਉਹ ਦੇਖੋ ਉਹ ਫੜਿਆ ਉਹਦੇ ਖਿੱਚ ਤੂੰ ਹੋ ਰਹੀ ਹੈ, ਯੰਗ ਮੁੰਡੇ ਸਾਰੇ, ਕੋਟਲੀ ਸੂਰਤ ਮੱਲੀਆਂ ਪਿੰਡ ਸਾਹਮਣੇ ਥਾਣਾ, ਸੀਸੀਟੀਵੀ ਦੀ ਆ ਜੀ ਇਹ ਸਾਰੀ ਫੋਟੋ, ਹੁਣ ਇਹ ਨਿਕਲੂਗਾ ਜੀ ਇਹਦੇ ਚੋਂ, ਦੇਖਿਓ ਵਿਚਾਰੇ ਨੂੰ ਚੱਲਣ ਦੋ। ਚੱਲ ਰਿਹਾ, ਇਹਨਾਂ ਦਾ ਪਾਸਵਰਡ ਪਾ ਲੈਣਾ ਇਹਦੇ 'ਚ। ਬੇਸਿਕਲੀ ਲਾਸਟ 'ਚ ਤੁਸੀਂ ਵੇਖੋਗੇ ਕਿ ਬੁੱਧ ਸਿਉਂ ਆਪਦੀ ਪੱਗ ਹੱਥ 'ਚ ਆਪਦੇ ਕੇਸਾਂ ਨੂੰ ਸਾਂਭਦਾ ਫਿਰ ਰਿਹਾ, ਇਹਦੇ 'ਚ ਫੋਟੋ ਆਊਗੀ ਤੁਹਾਨੂੰ ਹੁਣੇ, ਉਹ ਭੇਜ ਦਿੰਦੇ। ਇਹਨਾਂ ਹਾਲਾਤਾਂ 'ਚ ਕੀ ਕਿਸੇ ਵਰਗ ਨਾਲ, ਮੁਲਾਜ਼ਮ ਜੇ ਨੌਕਰੀ ਉਹਨਾਂ ਨੂੰ ਕਿਹਾ ਸੀ ਨੌਕਰੀ ਮਿਲੂ ਤੁਹਾਨੂੰ ਪੱਕੇ ਕਰਾਂਗੇ, PF ਉਹਨਾਂ ਦਾ ਨਹੀਂ ਮਿਲਦਾ, DA ਉਹਨਾਂ ਦਾ ਨਹੀਂ ਮਿਲਦਾ, ਜੇ ਕੋਈ ਮੰਗਣ ਚਲੇ ਜਾਏ ਵਜ਼ੀਰ ਦੇ ਘਰ ਤੇ ਉਹਨੂੰ ਕੁੱਟ ਪੈਂਦੀ। ਆ ਤੁਸੀਂ ਸੰਗਰੂਰ 'ਚ ਵੇਖਿਆ ਹੀ ਆ ਕੀ ਕੁਛ ਹੋ ਰਿਹਾ ETT ਟੀਚਰਾਂ ਨਾਲ, SC ਸਕਾਲਰਸ਼ਿਪ, ਪਟਿਆਲੇ ਕਿਵੇਂ ਟੀਚਰ ਕੁੱਟੇ, ਤਨਖਾਹਾਂ 45,000 ਤੋਂ 15,000 ਤੇ, ਐਡਵਾਈਜ਼ਰ ਲਾਉਣ ਨੂੰ ਤੁਹਾਡੇ ਕੋਲ ਪੈਸੇ ਨੇ, ਮਗਰ ਜੋ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਤਿਆਰ ਕਰਨੀ ਆ ਉਹਨਾਂ ਲਈ ਤੁਹਾਡੇ ਕੋਲ ਪੈਸੇ ਨਹੀਂ, ਜਿਨ੍ਹਾਂ ਨੇ ਸਾਰੀ ਪੰਜਾਬ ਦੀ ਇਕਾਨਮੀ ਆ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਿਰ 'ਤੇ ਚੱਲਦੀ ਹੈ, ਇਹਨਾਂ ਲਈ ਤੁਹਾਡੇ ਕੋਲ ਪੈਸੇ ਨਹੀਂ, ਇਹਨਾਂ ਨੂੰ ਤੁਸੀਂ ਝੂਠ ਬੋਲਦੇ।
ਇਹਨਾਂ ਹਾਲਾਤਾਂ 'ਚ ਅੱਜ ਪੰਜਾਬ ਦੇ ਕੀ ਹਾਲਾਤ ਬਣਾਤੇ ਆ ਤੁਹਾਡੇ ਸਾਹਮਣੇ ਇਹ ਸਾਰੇ ਵਿਚਾਰ ਰੱਖਣ ਆਏ ਆ। ਜੇ ਤੁਸੀਂ ਚਾਹੋਗੇ ਗੁਰਸੇਵਕ ਸਿੰਘ ਜੀ ਕੁਛ ਆਪਦੇ ਗੱਲ ਕਰਨਾ ਚਾਹੁੰਦੇ ਤੇ ਉਹਨਾਂ ਦੀ ਵੀ 2 ਮਿੰਟ ਸੁਣ ਲਿਓ ਜੀ, ਉਹ ਦੱਸਣਾ। ਬਾਕੀ ਮੈਂ ਡੀਸੀ ਸਾਹਿਬ ਦੇ ਦਫ਼ਤਰੇ 4-5 ਗੇੜੇ ਮਾਰੇ ਆ, ਉੱਥੇ ਵੀ ਕੋਈ ਨੀ ਮੇਰੀ ਸੁਣਾਈ ਹੋਈ। ਬਾਕੀ ਮੈਂ ਕੈਪਟਨ ਸਾਹਿਬ ਆਇਆ ਸੀ ਤਰਨ ਤਾਰਨ, ਉੱਥੇ ਵੀ ਗਿਆ। ਬਾਕੀ ਮੇਰੀ ਰਿਸ਼ਤੇਦਾਰੀ ਗੁਰਦਾਸਪੁਰੇ ਮੁਖੀ ਵਧਾਵਾ ਦੇ ਘਰ, ਉੱਥੇ ਵੀ ਮੈਂ ਪਹੁੰਚਿਆ, ਕੋਈ ਮੇਰੀ ਸੁਣਾਈ ਨਹੀਂ। ਇੱਕ ਰੁਪਿਆ 4 ਪਏ ਮੇਰੀ ਸਾਥੀ ਵਿੱਚ, 1.5 ਲੱਖ ਦੀ ਮੇਰੀ ਜੁੱਤੀ। ਵੀਡੀਓ ਲਾਸਟ ਬਿਟ ਚਲਾਈ, ਲਾਸਟ ਬਿਟ ਵੀਡੀਓ ਚਲਾ ਲਓ। ਹੋਰ ਮੇਰੀ ਕੋਈ ਅਜੇ ਸੁਣਾਈ ਨਹੀਂ। ਬਾਕੀ ਮੈਂ 5-6 ਮਹੀਨੇ ਹੋ ਗਿਆ, 12-13 ਹਜ਼ਾਰ ਰੁਪਇਆ ਉੱਤੇ ਲਾਸਟਾਂ ਖਰਚਾ ਪਾੜੇ ਘੇੜਿਆਂ 'ਚ। ਮੇਰੇ ਤੋਂ ਕੋਲ ਪਹਿਲਾਂ ਵੀ ਗਵਾਚ ਗਿਆ ਬਸ ਦੇ ਵਿੱਚ। ਔਰ ਇਹ ਜੀ ਪਹਿਲਾਂ ਮੇਰਾ ਲਾਹਣਾ ਜੀ, ਕਿਹੜੀ ਤਸਵੀਰ ਜੀ? ਔਰ ਇਹਦੇ ਵਿਚਾਰੇ ਦਾ ਨੂੰ ਮੈਂ ਵੋਟਾਂ ਪਾਈਆਂ, ਇਹ ਲਾਲਚ ਜਾਣ ਕੇ ਚੱਲ ਕਰਜ਼ਾ ਮਾਰ ਵੀ ਹੋ ਜੂਗੀ। ਡੇਢ ਲੱਖ ਦੀ ਲਿਮਟ ਦੀ ਬੱਝੀ ਆ, ਹਰ ਵਾਰੀ ਨਵੀਂ ਪੁਰਾਣੀ ਕਰ ਲੈਂਦਾ ਸੀ। ਐਤਕੀ ਕਰਜ਼ਾ ਮਾਫੀ ਦੇ ਆਸਰੇ ਤੇ ਵੀ ਕਰਜ਼ਾ ਮਾਫ ਹੋ ਜਾਣਾ, ਲਿਮਟ ਵਾਪਸ ਨਹੀਂ ਕੀਤੀ ਕਿ ਮਾਫ ਹੋ ਜਾਣਾ, ਤੇ ਹੁਣ 2 ਲੱਖ ਬਣਿਆ ਫਿਰਦਾ ਤੇ ਮਾਫੀ ਆਈ 1 ਰੁਪਈਆ 4 ਪੈਸੇ, 1 ਰੁਪਈਆ 4 ਪੈਸੇ ਤੇ ਕੱਟੜ ਕਾਲੀ ਸੀ ਤੇ ਵੋਟਾਂ ਪਾਈਆਂ ਕਾਂਗਰਸ ਨੂੰ, ਸਹੁ ਤੇ ਵਿਸ਼ਵਾਸ ਕੀਤਾ ਜਿਹੜਾ ਗੁਰੂ ਦੀ, ਜਿਹੜੀ ਕਾਂਗਰਸ ਗੁਰੂ ਦੀ ਨਹੀਂ ਬਣੀ, ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਕਿਵੇਂ ਬਣ ਜਾਣਾ, ਮੈਨੂੰ ਇਸ ਗੱਲ ਦਾ ਹੀ ਨਾ ਮੈਨੂੰ ਕੋਈ ਤੁਹਾਡਾ ਸਵਾਲ ਜੀ ਕੋਈ। ਇੱਕ ਮੇਰੀ ਹੋਰ ਆ ਜੀ, ਅੱਜ ਗਿਆਨੀ ਮੈਨੂੰ ਉਹਨੇ ਪਤਾ ਇਹ ਲਿਮਟ ਹਰ ਸਾਲ ਹੀ ਕਰੀ ਜਾਂਦੀ ਹੈ ਨਾ। ਬੀਬੀ ਜੀ ਉਦੋਂ ਐਲਾਨ ਕੋਈ ਨਹੀਂ ਸੀ ਜੀ, ਸਕੀਮ ਹੀ ਨਹੀਂ ਸੀ। ਸਕੀਮ ਜਦੋਂ ਦੀ ਆਈ ਆ ਉਦੋਂ ਦੀ ਗੱਲ ਕਰ। ਮੈਂ ਅੱਜ ਇੱਕ ਮੈਂ ਬੇਨਤੀ ਕਰਾਂ ਜੀ, ਅੱਜ ਗਿਆਨੀ ਪੂਰਨ ਸਿੰਘ ਜੀ ਦਾ ਜਿਹੜਾ ਸਾਡੇ ਕੋਲੋਂ ਸਦਾ ਵਾਸਤੇ ਜਿਹੜੇ ਵਿਛੜ ਗਏ, ਸਵਰਗਵਾਸ ਹੋਇਆ ਉਹਨਾਂ ਦਾ ਵੀ ਮੈਂ ਇਸ ਦੁਖਦਾਈ ਡੈਥ ਵੇਲੇ ਮੈਂ ਆਪਦੇ ਵੱਲੋਂ ਅਫਸੋਸ ਵੀ ਜ਼ਾਹਰ ਕਰਦਾ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਰਦਾਸ ਵੀ ਕਰਦਾ। ਕਾਂਗਰਸ ਸਰਕਾਰ ਹੈ ਜੀ, ਜਿਨ੍ਹਾਂ ਨੇ ਵਾਅਦੇ ਕੀਤੇ, ਜਿਨ੍ਹਾਂ ਨੇ ਦੇਖੋ ਪਹਿਲੀ ਵਾਰੀ ਹੋਇਆ ਇਨ ਆਜ਼ਾਦ ਹਿੰਦੁਸਤਾਨ 'ਚ, ਪੰਜਾਬ 'ਚ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਜਾਂ ਕੋਈ ਸਰਕਾਰ ਕਾਂਗਰਸ ਦੀ ਇਹ ਵਾਅਦਾ ਲੈ ਕੇ ਗਈ, ਲੋਕਾਂ ਕੋਲ ਘਰ ਘਰ ਫਾਰਮ ਭਰਾਏ ਗਏ, ਸਾਈਨ ਕਰਾਏ ਗਏ, ਗੁਟਕਾ ਸਾਹਿਬ ਦੇ ਹੱਥ ਤੇ ਜਿੱਥੇ ਸਹੁੰ ਖਾਧੀ ਰੱਖ ਕੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ, ਫਿਰ ਉਹ ਤੋਂ ਬਾਅਦ ਕਰਜ਼ਾ ਮਾਫ਼ੀ ਦੀ ਫਿਰ ਫਾਰਮ ਭਰਾਏ ਗਏ ਤੇ ਉਹ ਵਿਸ਼ਵਾਸ ਘਾਤ ਏਡਾ ਵੱਡਾ ਹੋਇਆ।
ਇਹਦੇ 'ਚ ਤਾਂ ਕਦੇ ਵਿਸ਼ਵਾਸਘਾਤ ਮੈਂ ਕਹਿੰਦਾ ਹਿਸਟਰੀ 'ਚ ਨਹੀਂ ਕਦੇ ਕਿਸੇ ਨੇ ਕੀਤਾ। ਔਰ ਇਹਦੇ ਲਈ ਸਿੱਧੇ ਜ਼ਿੰਮੇਵਾਰ ਇੱਕ ਇੱਕ MLA ਇੱਕ ਇੱਕ ਜਿਹਨੇ ਜਾ ਜਾ ਆਪਦੇ ਏਰੀਏ 'ਚ ਫਾਰਮ ਭਰਾਏ ਸੀ ਉਹ ਤੇ ਕਾਂਗਰਸ ਦੀ ਸਰਕਾਰ ਤੇ ਮੁੱਖ ਮੰਤਰੀ ਤੇ ਜਿਨ੍ਹਾਂ ਨੇ ਮੈਨੀਫੈਸਟੋ ਬਣਾਇਆ, ਮੈਂ ਉਹਦੇ ਨੇ ਫੋਟੋ ਵੀ ਰਿਲੀਜ਼ ਕੀਤੀ ਸੀ ਕਿ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਸਾਹਿਬ ਬੀਬੀ ਪਟੇਲ ਮਨਪ੍ਰੀਤ ਬਾਦਲ ਇਹ ਸਾਰੇ ਵਜ਼ੀਰ ਉਸ ਦਿਨ ਖਲੋਤੇ ਸੀ ਜਿਸ ਦਿਨ ਇਹਨਾਂ ਨੇ ਚੋਣ ਮੈਨੀਫੈਸਟੋ ਰਿਲੀਜ਼ ਕੀਤਾ। ਇਹ ਸਾਰੇ ਗੁਨਾਹਗਾਰ ਕਿਉਂ ਨਹੀਂ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ? ਜੇ 1500 ਦੀ ਡੈਥ ਤੋਂ ਬਾਅਦ ਉਹਨਾਂ 'ਤੇ ਕਾਰਵਾਈ ਨਹੀਂ ਹੋਣੀ, ਪਰਚੇ ਦਰਜ ਨਹੀਂ ਹੋਣੇ ਜਿਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਗੁਰੂ ਦੇ ਨਾਂ 'ਤੇ ਫਾਰਮ ਭਰਾ ਕੇ, ਫਿਰ ਕੌਣ ਜ਼ਿੰਮੇਵਾਰ ਹੋਊਗਾ? ਫਿਰ ਵਿਸ਼ਵਾਸ ਕੌਣ ਕੀਤੇ ਕਰੂਗਾ? ਚਲੋ ਮੈਂ ਜਿੱਥੇ ਇੱਕ ਦੋ ਗੱਲਾਂ ਇਹਦੇ ਨਾਲ ਸਿੱਧ ਹੋ ਗਈਆਂ, ਇੱਕ ਹੈਬਿਚੁਅਲ ਅਫੈਂਡਰ ਅਤੇ ਹੈਬਿਚੁਅਲ ਲਾਇਰ ਦਾ ਰੋਲ ਜੇ ਕਿਸੇ ਨੇ ਅਦਾ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਸਾਡੀ ਕੀ ਗੱਲ ਸੀ? ਦੇਖੋ ਪਹਿਲੀ ਗੱਲ ਇਹ ਗੱਲ ਸਮਝਣ ਦੀ ਲੋੜ ਹੈ ਕਿ ਗੱਲ ਉਠਾਈ ਕਿਉਂ ਗਈ। ਇਹ ਗੱਲ ਸਿਰਫ ਉਦੋਂ ਉਠਾਈ ਗਈ ਜਦੋਂ ਭੈਣ ਜੀ ਮੱਥਾ ਟੇਕਣ ਗਏ ਸੀ ਦਰਬਾਰ ਸਾਹਿਬ, ਉੱਥੇ ਗੱਲ ਕੀਤੀ ਕਿਸੇ ਨੇ ਕਿ ਜੀ ਸਾਨੂੰ ਸੈਂਟਰ ਦੇ GST ਦਾ ਰਿਫੰਡ ਆ ਗਿਆ ਮਗਰ ਸਟੇਟ ਦਾ ਨਹੀਂ ਆ ਰਿਹਾ। ਪਹਿਲੀ ਵਾਰੀ ਉਠਾਈ, ਭੈਣ ਜੀ ਨੇ ਕਿਹਾ ਚਲੋ ਮੈਂ ਗੱਲ ਕਰਾਂਗੀ। ਜਦ ਅਗਲੀ ਵਾਰੀ, ਕਿਉਂਕਿ ਹਰ ਮਹੀਨੇ ਪਾਠ ਲਈ ਆਉਂਦੇ ਆ, ਅਗਲੇ ਮਹੀਨੇ ਜਦ ਆਏ ਉਹ ਗੱਲ ਫੇਰ ਆਈ। ਐਂਡ ਉਸ ਵੇਲੇ ਫਿਰ ਭੈਣ ਜੀ ਨੇ ਕਿਹਾ ਕਿ ਜੇ ਸੂਬੇ ਦੀ ਸਰਕਾਰ ਨੇ ਫਲੋਰ ਆਫ ਦਾ ਹਾਊਸ ਔਰ ਟੇਬਲ ਥਪਥਪਾਏ ਗਏ, ਐਤਕ ਮਜ਼ਾਕ ਬਣ ਗਿਆ, ਤੁਸੀਂ ਕੈਬਨਿਟ ਦਾ ਜਿਹੜਾ ਮਰਜ਼ੀ ਫੈਸਲਾ ਕਰ ਲਓ, ਸੋਵਾਂ ਜਿੰਨੀਆਂ ਮਰਜ਼ੀ ਖਾ ਲਓ, ਫਲੋਰ ਆਫ ਦਾ ਹਾਊਸ ਵਿਧਾਨ ਸਭਾ 'ਚ ਐਲਾਨ ਕਰ ਦਿੰਦੇ ਮਗਰ ਪੂਰਾ ਕੁਛ ਨਹੀਂ ਕਰਦੇ। ਅੱਜ ਉਸ ਗੱਲ ਨੇ ਤਾਂ ਸਿੱਧ ਕਰਤਾ ਨਾ, ਅੱਜ ਦੀ ਖਬਰ ਨੇ ਕਿ 3,27,00,000 ਲੈਣ ਵਾਲਾ ਸੀ, ਉਹਦੇ 'ਚੋਂ 1,96,00,000 ਦਿੱਤਾ, ਬਾਕੀ ਦਾ ਨਹੀਂ ਦਿੱਤਾ, ਔਰ ਇਸ ਤੋਂ ਪਹਿਲਾਂ ਉਹ ਵੀ ਨਹੀਂ ਦਿੱਤੇ ਸੀ। ਅਤੇ ਲਾਇਰ ਕੌਣ ਹੋਇਆ? ਝੂਠ ਕਿਹਨੇ ਬੋਲਿਆ? ਇਹ ਤਾਂ ਜੱਗ ਜ਼ਾਹਰ ਹੋ ਗਿਆ, ਸਭ ਦੇ ਸਾਹਮਣੇ ਆ ਗਿਆ। ਬ੍ਰਦਰ ਮੈਂ ਨਾ ਇਹਦੇ ਬਾਰੇ ਜੇ ਤੁਸੀਂ ਮੇਰੇ ਤੇ ਕੱਲ ਤੱਕ ਬੇਰ ਕਰੋ, ਕੱਲ ਆਪਾਂ ਫੇਰ ਇਕੱਠੇ ਹੋਵਾਂਗੇ, ਕਿਉਂਕਿ ਮੇਰੇ ਕੋਲ ਇਹ ਜੇ ਇਹਦੇ 'ਚ ਇੰਪੋਰਟੈਂਟ ਗੱਲਾਂ ਨੇ ਤੁਹਾਨੂੰ ਦੱਸਣ ਵਾਲੀਆਂ, ਜਿਹਦੇ ਬਾਰੇ ਮੈਂ ਅੱਜ ਨਹੀਂ ਕੁਛ ਕਹੂੰਗਾ, ਕੱਲ ਤੁਹਾਨੂੰ ਵਿਸਥਾਰ ਪੂਰਵਕ ਵਿਦ ਐਵੀਡੈਂਸ ਇੱਕ ਇੱਕ ਗੱਲ ਤੁਹਾਨੂੰ ਰੱਖੂੰਗਾ, ਤੁਹਾਡੀ ਅੱਖਾਂ ਖੁੱਲ ਜਾਣਗੀਆਂ ਸਭ। ਮੈਂ ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਸ ਅੰਗਰੇਜ਼ੀ ਅਖਬਾਰ ਦੇ ਇੰਟਰਵਿਊ 'ਚ ਆਪ ਮੰਨਿਆ ਕਿ ਅਸੀਂ ਇੱਕ ਸੀਟ ਜਿੱਤ ਜਾਈਏ ਤਾਂ ਸਾਡੀ ਬੜੀ ਪ੍ਰਾਪਤੀ ਹੋਊਗੀ, ਅਸੀਂ ਸੀਟਾਂ ਜਿੱਤਣ ਦੇ ਹਾਲਾਤ 'ਚ ਨਹੀਂ, ਇਹ ਲਾਸਟ ਪੈਰਾ ਹੈ, ਉਹਦਾ ਪੜ੍ਹ ਲਿਓ। ਉਹਨਾਂ ਨੇ ਆਪ ਦੀ ਹਾਰ ਆਪ ਕਬੂਲੀ, ਜਿਹਦੇ ਬਾਰੇ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵੀ ਜ਼ਿਕਰ ਕੀਤਾ, ਬਾਕੀ ਅਖਬਾਰਾਂ 'ਚ ਵੀ ਆਇਆ। ਸੋ ਕਾਂਗਰਸ ਪਾਰਟੀ ਨੇ ਜੋ ਧੋਖੇ ਪੰਜਾਬ ਦੇ ਦਲਿਤ ਭਰਾਵਾਂ ਨਾਲ, ਕਿਸਾਨ ਵੀਰਾਂ ਨਾਲ, ਖੇਤ ਮਜ਼ਦੂਰਾਂ ਨਾਲ, ਨੌਜਵਾਨਾਂ ਨਾਲ, ਇੰਪਲੋਈਜ਼ ਨਾਲ, ਹਰ ਵਰਗ ਨਾਲ, ਇੰਡਸਟਰੀ ਤੋਂ ਲੈ ਕੇ ਕਿਸੇ ਨੂੰ ਨਹੀਂ ਛੱਡਿਆ, ਅੱਜ ਉਹ ਗੱਲ ਉਹਨਾਂ ਦੇ ਸਾਹਮਣੇ ਆ ਰਹੀ ਹੈ। ਤਦੇ ਡਰ ਜਾਪਦਾ ਕਿ ਸਾਨੂੰ ਵੋਟ ਕਿਹਨੇ ਦੇਣੀ ਜਦ ਅਸੀਂ ਗੁਰੂ ਦੇ ਨਹੀਂ ਬਣੇ ਸਹੁੰ ਖਾ ਕੇ, ਕਾਂਗਰਸ ਪਾਰਟੀ ਨੇ ਏਡੀ ਵੱਡੀ ਸਹੁੰ ਝੂਠਲਾ ਦਿੱਤੀ ਹੈ, ਅਤੇ ਫਿਰ ਕੀ ਕੁਛ ਰਹਿ ਗਿਆ? ਆਪਦੀ ਹਾਰ ਕਬੂਲੀ ਉਹਨਾਂ ਨੇ, ਉਹਨਾਂ ਦਾ ਧੰਨਵਾਦ ਹੈ ਕਿ ਸੱਚ ਨੂੰ ਮੰਨਿਆ ਉਹਨਾਂ ਨੇ।
ਦੇਖੋ ਇੱਕ ਮੈਂ ਬੇਨਤੀ ਕਰਾਂ ਜੀ, ਸਭ ਇਲੈਕਸ਼ਨ ਇੰਪੋਰਟੈਂਟ ਹੁੰਦੀਆਂ ਨੇ, ਹਰ ਇਲੈਕਸ਼ਨ ਦਾ ਹੀ ਅਗਲੀ ਇਲੈਕਸ਼ਨ 'ਤੇ ਉਹਦਾ ਅਸਰ ਵੇਖਣ ਨੂੰ ਮਿਲਦਾ ਹੈ, ਸੁਭਾਵਿਕ ਹੈ ਕਿ ਹਰ ਇਲੈਕਸ਼ਨ ਦਾ ਅਸਰ ਹੋਊਗਾ। ਇਹਦਾ ਕਿੰਨਾ ਅਸਰ ਹੁੰਦਾ ਹੈ, ਕਿਉਂਕਿ ਐਂ ਤਾਂ ਕਾਂਗਰਸ ਪਾਰਟੀ 3 ਸੀਟਾਂ ਜਿੱਤੀਆਂ ਸੀ MP ਵੇਲੇ, ਮਗਰ ਅਸੈਂਬਲੀ ਵੇਲੇ ਉਹ 78 ਜਿੱਤ ਗਏ, ਅਤੇ ਜਿਹੜੀ ਵੱਧ ਜਿੱਤੇ ਸੀ ਉਹ ਘੱਟ ਜਿੱਤੇ। ਇਸ ਲਈ ਅਸਰ ਇਲੈਕਸ਼ਨ ਦਾ ਜ਼ਰੂਰ, ਹਰ ਇਲੈਕਸ਼ਨ ਨੂੰ ਤਗੜੇ ਹੋ ਕੇ ਲੜਨਾ, ਔਰ ਸਰਕਾਰ ਨੂੰ ਐਕਸਪੋਜ਼ ਕਰਨ ਦਾ, ਉਹਨਾਂ ਦੀ ਸੱਚਾਈ ਤੁਹਾਡੇ ਸਾਹਮਣੇ ਜ਼ਰੂਰ ਰੱਖਾਂ। ਬਿਲਕੁਲ ਜੀ ਬਿਲਕੁਲ, ਅਸੀਂ ਪਹਿਲਾਂ ਵੀ ਤੁਹਾਨੂੰ ਯਾਦ ਹੋਊਗਾ ਜੀ, ਅਸੀਂ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਮੋਬਾਈਲ ਵੀ ਵੰਡੇ ਲੋਕਾਂ ਨੂੰ, ਉਹ ਵੀ ਇਸੇ ਸਕੀਮ ਦਾ ਹਿੱਸਾ ਸੀ। SC ਸਕਾਲਰਸ਼ਿਪ ਜਿਹੜੀ ਕਾਂਗਰਸ ਸਰਕਾਰ ਖਾ ਗਈ ਹੈ, ਉਹਨੂੰ ਵੀ ਐਕਸਪੋਜ਼ ਕਰਨ ਦਾ ਕੰਮ ਕੀਤਾ, ਔਰ ਵਿਧਾਨ ਸਭਾ ਦੇ ਅੰਦਰ ਇੰਪਲੋਈਜ਼ ਨੂੰ ਜਿਨ੍ਹਾਂ ਨਾਲ ਵਾਅਦਾ ਹੋਇਆ ਸੀਗਾ ਕਿ ਤੁਹਾਨੂੰ ਨਾ ਤੱਕ ਪੇ ਕਮਿਸ਼ਨ ਲਾਗੂ, ਤੁਸੀਂ ਹੈਰਾਨ ਹੋਵੋਗੇ ਜੀ ਕਿ ਪੇ ਕਮਿਸ਼ਨ ਦਾ ਇੱਕ ਚੇਅਰਮੈਨ ਬਣਾ ਦਿੱਤੇ ਆ ਜੀ, ਜੈ ਸਿੰਘ ਗਿੱਲ ਸਾਹਿਬ ਮੈਨੂੰ ਲੱਗਦਾ ਉਹਦੇ, ਜਾਂ ਆਪਣੇ ਉਹ ਚੀਫ ਸੈਕਟਰੀ ਸਾਹਿਬ ਹੈ, ਇੱਕ ਚੇਅਰਮੈਨ ਬਣਾਇਆ ਹੋਇਆ ਜੀ। ਉਹਨਾਂ ਦੇ ਮੈਂਬਰ ਨੇ, ਹਰੇਕ ਨੂੰ ਤਨਖਾਹਾਂ ਜਾ ਰਹੀਆਂ ਨੇ, ਹਰ ਸਹੂਲਤ ਜਾ ਰਹੀ ਹੈ, ਮਗਰ ਇੱਕ ਮੀਟਿੰਗ ਵੀ ਪੇ ਕਮਿਸ਼ਨ ਦੀ ਇੰਪਲੋਈਜ਼ ਨਾਲ ਨਹੀਂ ਹੋਈ ਹੈ। 2.5 ਸਾਲ ਲੰਘ ਗਿਆ, ਤੁਸੀਂ 6ਵੀਂ ਪੇ ਕਮਿਸ਼ਨ ਕਿਉਂ ਨਹੀਂ ਲਾਗੂ ਕਰ ਰਹੇ? ਇੰਪਲੋਈਜ਼ ਦਾ ਆਪਣਾ ਹੱਕ PF ਅਤੇ DA ਉਹ ਕਿਉਂ ਨਹੀਂ ਮਿਲ ਰਿਹਾ? ਇਹ ਅੱਜ 5-6 ਹਜ਼ਾਰ ਕਰੋੜ ਰੁਪਈਆ ਡਿਊ ਹੋ ਗਿਆ। ਜੇ ਇਸ ਅਧਿਆਪਕ ਦੀ 45,000 ਤਨਖਾਹ ਸੀ, ਉਹਨੂੰ 15,000 ਕਰਤਾ, ਫਿਰ ਉੱਤੋਂ ਉਹਨੂੰ ਕੁੱਟਦੇ ਹੋ ਤੁਸੀਂ, ਉੱਤੇ ਪਰਚੇ ਦਰਜ ਕਰਦੇ ਹੋ ਤੁਸੀਂ। ਔਰ ਇੰਟਰਵਿਊ ਵੇਖੀ ਹੋਣੀ ਇੱਥੋਂ ਦੀ, ਇੱਕ ਸਾਡੀ ਭੈਣ ਹੈ ਕਮਲਜੀਤ, ਮੈਂ ਤਾਂ ਕਹਿੰਦਾ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਕਿ ਐਡੀ ਮੂਵਿੰਗ ਗੱਲ ਉਹਨਾਂ ਨੇ ਉਹਦੇ 'ਚ ਕੀਤੀਆਂ ਕਿ ਸਾਡੇ 'ਤੇ ਪਰਚਾ ਹੋ ਜੂ ਸਾਨੂੰ ਅੰਦਰ। ਜਦ ਤੁਸੀਂ ਕਿਸੇ ਜਿਹਨੇ ਆਉਣ ਵਾਲੀ ਪੀੜ੍ਹੀ ਤਿਆਰ ਕਰਨੀ ਆ, ਉਹਦੇ ਇਹੋ ਜਿਹੇ ਹਾਲਾਤ ਬਣਾ ਦਿਓ ਕਿ ਉਹ ਮੁੱਖ ਮੰਤਰੀ ਨੂੰ, ਸਰਕਾਰ ਨੂੰ ਲੜਾਈ ਲੜਨ ਦੇ ਮੂਡ 'ਚ ਹੋ ਜਾਣ ਕਿ ਤੁਸੀਂ ਸਾਡੇ ਨਾਲ ਕੀ ਕਰ ਦਿਓ, ਇਹ ਤੋਂ ਵੱਧ ਧੱਕਾ ਸਾਡੇ ਨਾਲ ਕੀ ਹੋ ਸਕਦਾ, ਤੁਸੀਂ ਹੋਰ ਕਰ ਦਿਓ। ਕਿਉਂਕਿ ਕਈਆਂ ਦੀ ਪਰਿਵਾਰਕ ਜ਼ਿੰਦਗੀ ਉਜਾੜਤੀ ਹੈ ਜੀ, ਲੋਨ ਲਏ ਸੀ, ਕਿਸ਼ਤਾਂ ਲਈਆਂ ਸੀ। ਨਹੀਂ ਬਿਲਕੁਲ ਕੀਤੀ ਹੈ ਜੀ, ਤੁਹਾਨੂੰ ਭੁੱਲ ਗਏ ਉਹਨੇ ਵਿਧਾਨ ਸਭਾ 'ਚ, ਅਸੀਂ ਤਾਂ ਉਹ ਬਿੱਲ ਲਮਕਾ ਕੇ ਗਏ ਸੀ ਜੀ ਆਪਦੇ ਸਾਰੇ, ਉਹ ਬਿੱਲ ਇੱਕ ਇੱਕ ਲਮਕਾ ਕੇ ਗਏ ਸੀ ਓਰਿਜਿਨਲ, ਜਿਹਦਾ ਪੱਖਾ ਘਰ 'ਚ ਇੱਕ 32 'ਤੇ ਬਿੱਲ ਆਇਆ ਜੀ 1,00,000 ਰੁਪਈਆ। ਔਰ ਪੰਜਾਬ ਦੀ ਵਿਧਾਨ ਸਭਾ 'ਚ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਰੌਲਾ ਪੈ ਗਿਆ ਕਿ ਤੁਸੀਂ ਕਿਹਾ ਸੀ ਤੁਸੀਂ 5 ਰੁਪਏ ਬੱਤੀ ਕਰੋਗੇ, ਦੱਸੋ ਮੈਨੂੰ ਇੱਕ ਨੂੰ ਵੀ ਜੇ 5 ਰੁਪਏ ਬੱਤੀ ਮਿਲਦੀ। ਅੱਜ ਪੰਜਾਬ ਦੀ ਬਿਜਲੀ ਆਉਂਦੀ ਨਹੀਂ ਕਾਂਗਰਸ ਦੇ ਸਰਕਾਰ ਵੇਲੇ, ਨਾ ਬੱਤੀ ਆਵੇ, ਮਗਰ ਜਿਹੜਾ ਰੇਟ ਹੈ ਅੱਜ ਪੰਜਾਬ ਦਾ ਸਭ ਤੋਂ ਮਹਿੰਗਾ ਹੋ ਗਿਆ ਨੌਰਦਰਨ ਇੰਡੀਆ 'ਚ। ਇਹ ਕਿਹਦੀ ਦੇਣ ਹੈ, ਕਿਉਂ ਹੋਇਆ? ਕਿਉਂਕਿ ਖਜ਼ਾਨਾ ਮੰਤਰੀ ਸਾਹਿਬ ਨੇ 12 ਵਾਰੀ 30% ਬੱਤੀ ਦੇ ਰੇਟ 'ਚ ਵਾਧਾ ਕੀਤਾ। ਔਰ ਤੁਸੀਂ ਹੁਣ ਵੀ ਵੇਖੋ, ਆ ਜਿਹੜੀ ਹੁਣ ਡੇਰਾ ਬਾਬਾ ਨਾਨਕ ਸਾਹਿਬ ਮੀਟਿੰਗ ਕੀਤੀ ਹੈ, ਤੁਸੀਂ ਗਏ ਤਾਂ ਗੁਰੂ ਘਰ 'ਚ ਜਿੱਥੇ ਸਰਬੱਤ ਦੇ ਭਲੇ ਦੀ ਹੁੰਦੀ, ਮਗਰ ਉਸ ਦਿਨ ਵੀ ਉੱਥੋਂ ਟੈਕਸ ਲਾ ਕੇ ਮੁੜੇ 10% ਔਨ ਫਿਊਲ, ਜਿਹੜਾ ਸ਼ਹਿਰ 'ਚ ਫਿਊਲ ਅਤੇ ਟਰਾਂਸਪੋਰਟ ਕਿਹੜੇ ਕਿਹੜੇ ਟੈਕਸ ਉਸ ਦਿਨ ਵੀ ਲਾ ਤੇ। ਹਰ ਮੀਟਿੰਗ 'ਚ ਟੈਕਸ ਲੱਗਦਾ ਇਹਨਾਂ ਦੀ, ਮਗਰ ਰਾਤ ਕੋਈ ਨਹੀਂ ਮਿਲਦੀ, ਔਰ ਨਾ ਇੰਡਸਟਰੀ ਨੂੰ 5 ਰੁਪਏ ਮਿਲ ਰਹੀ ਆ, ਘਰਾਂ 'ਚ ਨਹੀਂ ਮਿਲ ਰਹੀ, ਔਰ ਨਾ ਬੱਤੀ ਦੀ ਸਪਲਾਈ ਆ ਰਹੀ ਹੈ, 9-9 ਰੁਪਏ ਲੱਖਾਂ ਰੁਪਈਆ ਲੋਕਾਂ ਨੂੰ ਬਿੱਲ ਆ। ਅਸੀਂ ਮੈਂ ਉਹੀ ਬੇਨਤੀ ਕਰ ਰਿਹਾ ਜੀ, ਅਸੀਂ ਪਹਿਲਾਂ ਵੀ ਕੀਤੀ ਹੈ, ਹੁਣ ਆਉਣ ਵਾਲੇ ਸਮੇਂ 'ਚ ਇੱਕ ਇੱਕ ਮੂਵਮੈਂਟ ਤਾਂ ਜੀ ਹਰ ਮੁੱਦੇ 'ਤੇ ਹੋ ਗਈ ਹੈ। ਮੈਂ ਅਸਲ 'ਚ ਅੱਜ ਮੈਂ ਪ੍ਰੈਸ ਕਾਨਫਰੰਸ ਕਰਨੀ ਨਹੀਂ ਸੀ, ਮਗਰ ਰੋਜ਼ ਹੀ ਇਹ ਸਰਕਾਰ ਮੁੱਦਾ ਦਿੰਦੀ ਹੈ, ਮੈਂ ਪਰਸੋਂ ਵੀ ਕਰਕੇ ਆਇਆ ਸੀ। ਫਿਰ ਮਨ 'ਚ ਮਹਿਸੂਸ ਹੁੰਦਾ ਕਿ ਜੇ ਮੈਂ ਇਹ ਗੁਰਸੇਵਕ ਸਿੰਘ ਦੀ ਗੱਲ ਨਹੀਂ ਚੁੱਕੂੰਗਾ ਤਾਂ ਇਹਨੇ ਕਹਿਣਾ ਕਿ
ਕਿਉਂਕਿ ਇਹ ਕੱਲ ਲਾਈਵ ਹੋਏ ਸੀ, ਮੈਂ ਤਾਂ ਕੱਲ ਕਿਸੇ ਚੈਨਲ 'ਚ ਵੇਖਿਆ ਸੀ, ਲਾਈਵ ਹੋ ਕੇ ਕਿਸੇ ਚੈਨਲ 'ਚ ਸੀ ਜਾਂ ਕਿਤੇ ਇੰਟਰਵਿਊ ਦੇ ਰਹੇ ਸੀ। ਮੈਂ ਅੱਜ ਅਸੀਂ ਸਵੇਰੇ ਇਹਨਾਂ ਨਾਲ ਸੰਪਰਕ ਕੀਤਾ ਸਰ, ਮੈਨੂੰ ਕੇਸ ਦਾ ਪਰਸਨਲੀ ਨਹੀਂ ਪਤਾ ਸੀ। ਸੋ ਇਹੋ ਜਿਹੇ ਜਦ ਰੋਜ਼ ਇੰਸੀਡੈਂਟ ਆ ਰਿਹਾ ਸੀ ਤਾਂ ਰੋਜ਼ ਇਹ ਵੀ ਮੁਹਿੰਮ ਦਾ ਹਿੱਸਾ ਹੀ ਹੈ। ਅੱਜ ਮੈਂ ਸਾਰੀਆਂ ਗੱਲਾਂ ਕਿਉਂ ਯਾਦ ਕਰਾਈਆਂ ਵਿਦ ਫੈਕਟਸ ਐਂਡ ਫਿਗਰਸ, ਇਹ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਸਨ, ਇਹ ਅਸੀਂ ਤਾਂ ਨਹੀਂ ਕਰਾਏ। ਔਰ ਉਹ ਜੇ ਚਾਹੋਗੇ ਤਾਂ ਤੁਸੀਂ ਵੀਡੀਓ ਕਈ ਵਾਰੀ ਵੇਖੀ ਹੈ ਕਿ ਤੁਸੀਂ ਉਹ ਵੀਡੀਓ ਵੀ ਜੇ ਵਿਖਾ ਦੇ, ਉੱਥੇ ਜਕਾਰੇ ਕਿਹੜੇ ਛੱਡਦੇ ਸੀ ਜਿਹੜੇ ਅੱਜ ਵਜ਼ੀਰ ਬਣੀ ਬੈਠੇ ਆ, ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਜਦੋਂ ਵੀ ਕੋਈ ਅਲਾਉਣ ਹੁੰਦਾ ਸੀ, ਉਹ ਕਿੱਧਰ ਗਏ? ਉਹਨਾਂ ਨੂੰ ਰਾਤ ਨੀਂਦ ਆ ਜਾਂਦੀ ਇਹਨਾਂ ਝੂਠ ਬੋਲ ਕੇ। ਜਦੋਂ ਇਹੋ ਜਿਹੀ ਡੈਥਾਂ ਹੁੰਦੀਆਂ ਨੇ ਇਹੋ ਜਿਹੇ ਕਿਸਾਨ ਭਰਾਵਾਂ ਦੇ ਪਰਿਵਾਰਾਂ ਦੀ, ਫਿਰ ਕੀ ਕਰਦੇ ਹੋ ਰਾਤ ਨੂੰ? ਮੈਂ ਹੈਰਾਨ ਹੁੰਦਾ ਕਿ ਇਹਨਾਂ ਰਾਤ ਨੂੰ ਨੀਂਦ ਕਿੱਥੋਂ ਆਉਂਦੀ? ਕੀ ਉਹ ਜਕਾਰਾ ਚੇਤੇ ਨਹੀਂ ਆਉਂਦਾ? ਕੀ ਉਹ ਜਾਂ ਚੇਤੇ ਨਹੀਂ ਆਉਂਦਾ ਕਿ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਝੂਠੀਆਂ ਸਹੁੰਆਂ ਖਾਧੀਆਂ ਸੀ? ਅੱਜ ਉਹ ਮੈਂ ਉਹਨਾਂ ਕਾਂਗਰਸੀ ਲੀਡਰਾਂ ਨੂੰ ਪੁੱਛਦਾ, ਤੁਹਾਡੀ ਜ਼ਮੀਰ ਕਿੱਥੇ ਹੈ? ਤੁਹਾਡੀ ਇਨਸਾਨੀਅਤ ਕਿੱਥੇ? ਮੇਰਾ ਵੀਰ ਮੈਂ ਨਾ ਇਹ ਗੱਲ ਤੁਸੀਂ ਜਿਹੜੀ ਸਵਾਲ ਹੈ ਨਾ, ਮੇਰੇ ਦਿਲ ਦਾ ਬੜਾ ਨਜ਼ਦੀਕੀ ਸਵਾਲ ਕੀਤਾ, ਮਗਰ ਮੈਂ ਇਹ 'ਤੇ ਬੋਲਣ ਤੋਂ ਗੁਰੇਜ਼ ਕਰਦਾ ਸੀ। ਔਰ ਗੁਰੇਜ਼ ਸਿਰਫ ਇਸ ਲਈ ਕਰਦਾ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ 550 ਸਾਲਾ ਸ਼ਤਾਬਦੀ ਹੈ। ਅਸੀਂ ਆਪਦੇ ਮਨ ਦੇ ਜਿੰਨੇ ਵੀ ਵਲਵਲੇ ਵਖਰੇਵੇਂ ਉਹ ਮਨ 'ਚ ਹੀ ਰੱਖਣਾ ਚਾਹੁੰਦੇ ਸੀ। ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਇਹਨੂੰ ਬੜੇ ਸਤਿਕਾਰ ਨਾਲ, ਬੜੇ ਧੂਮਧਾਮ ਨਾਲ, ਬੜੇ ਸ਼ਾਨੋ ਸ਼ੌਕਤ ਨਾਲ ਮਨਾਉਣਾ ਚਾਹੀਦਾ, ਮਗਰ ਮੇਰੇ ਮਨ 'ਚ ਵੀ ਉਹੀ ਸਵਾਲ ਖੜਾ ਹੁੰਦਾ ਕਿ ਜਿਹਨੇ ਅਕਾਲ ਤਖਤ ਸਾਹਿਬ ਢਾਇਆ ਹੋਵੇ ਉਹਦੇ ਨਾਲ ਕਾਹਦਾ ਰਲ ਮਿਲ ਕੇ ਕੰਮ? ਮਗਰ ਕਿਉਂਕਿ ਅਕਾਲ ਤਖਤ ਸਾਹਿਬ ਜੇ ਜਥੇਦਾਰ ਸਾਹਿਬ ਦਾ ਹੁਕਮ ਹੈ, ਮੈਂ ਉਸ ਹੁਕਮ ਨੂੰ ਮੰਨਦੇ ਹੋਏ ਚੁੱਪ ਹਾਂ, ਮਗਰ ਮੇਰੇ ਮਨ 'ਚ ਜਿਹੜੇ ਸਵਾਲ ਆ, ਮੇਰੇ ਮਨ 'ਚ ਕਦੇ ਸਮਾਂ ਆਊਗਾ ਉਹਦੇ ਬਾਰੇ ਜ਼ਰੂਰ ਵਿਚਾਰ ਕਰ ਲਾਂਗੇ। ਮਗਰ ਜਿਹੜੇ ਲੋਕਾਂ ਨੇ ਐਡਾ ਵੱਡਾ ਪੰਜਾਬ ਦਾ, ਕੌਮ ਦਾ, ਸ਼੍ਰੀ ਹਰਿਮੰਦਰ ਸਾਹਿਬ ਅਤੇ ਜ਼ਕਰੀਆ ਖਾਂ ਅਤੇ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਜੇ ਕਿਸੇ ਨੇ ਅਟੈਕ ਕਰਾਇਆ ਇੰਦਰਾ ਗਾਂਧੀ ਦੇ, ਉਹ ਦਿਨ ਨੂੰ ਤਾਂ ਨਹੀਂ ਕੋਈ ਭੁੱਲ ਸਕਦਾ, ਜਾਂ 84 ਨੂੰ ਕੋਈ ਨਹੀਂ ਭੁੱਲ ਸਕਦਾ। ਮਗਰ ਕਿਉਂਕਿ 550 ਸਾਲੇ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਹੈ, ਉਹ ਆਪਦੇ ਸਾਡੇ ਸੀ, ਉਹ ਹੁਕਮਨਾਮਾ ਤੁਸੀਂ ਕਹਿ ਲਓ ਜਾਂ ਅਕਾਲ ਤਖਤ ਸਾਹਿਬ ਜੀ ਜਥੇਦਾਰ ਸਾਹਿਬ ਦੇ ਫੈਸਲੇ ਕਰਕੇ ਚੁੱਪ ਹੈ ਜੀ। ਬਿਕਰਮ ਜੀ, ਪਾਕਿਸਤਾਨ ਅਜੇ ਇਸ 'ਤੇ $20 ਦੀ ਲਗਾਤਾਰ ਮੰਗ ਕਰ ਰਿਹਾ ਹੈ, ਕੀ ਤੁਹਾਨੂੰ ਲੱਗਦਾ ਕਿ ਇਹ ਸੌਰਟ ਆਊਟ ਹੋ ਜਾਏਗਾ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ? ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਹੜੇ ਲੀਡਰਾਂ ਨੇ, ਕਿਉਂਕਿ 2-4 ਲੀਡਰ ਇਹੋ ਜਿਹੜੇ ਜਸਟੀਫਾਈ ਕਰ ਰਹੇ ਇਸ ਗੱਲ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਓਫੀਸ਼ੀਅਲ ਸਪੋਕਸਪਰਸਨ ਫੋਰ ਪਾਕਿਸਤਾਨ ਬਣ ਗਏ ਹੋ ਜੀ, ਔਰ ਕਿੱਥੋਂ ਤੱਕ ਇਹ ਜਾਇਜ਼ ਹੈ? ਇਹ ਦਿਸ ਇੱਕ ਪਾਸੇ ਪਾਕਿਸਤਾਨ ਨੇ ਆਪ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਪੀਸ ਦਾ, ਸਰਬੱਤ ਦਾ, ਭਲੇ ਦਾ ਜੋ ਮੈਸੇਜ ਹੈ ਉਹਨੂੰ ਮੁੱਖ ਰੱਖਦੇ ਹਾਂ, ਸਿੱਖਾਂ ਦੀਆਂ, ਗੁਰੂ ਨਾਨਕ ਨਾਮ ਲੇਵਾ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹਾਂ, ਇਹ ਕੋਰੀਡੋਰ ਬਣਾਉਣਾ ਚਾਹੁੰਦੇ, ਫਿਰ ਉਸ ਗੱਲ 'ਤੇ ਪਾਬੰਦ ਰਹੋ, ਉਸ ਗੱਲ ਤੋਂ ਸੱਜੇ ਖੱਬੇ ਨਾ ਹੋ। ਔਰ ਪਹਿਲੀ ਮੀਟਿੰਗ 'ਚ ਗਵਰਨਮੈਂਟ ਆਫ ਇੰਡੀਆ ਨੇ ਇਹ ਗੱਲ ਕਲੀਅਰਲੀ ਕਰਤੀ ਆ ਦੈਟ ਦਿਸ $20 ਜਿਹੜਾ ਮਤਲਬ ਕਿ 1600-1500 ਤੋਂ 1600 ਰੁਪਈਆ ਪਰ ਸ਼ਰਧਾਲੂ ਇਜ਼ ਅਨਐਕਸੈਪਟੇਬਲ। ਔਰ ਮੈਂ ਵੀ ਇਹ ਗੱਲ ਕਹੀ ਕਿ ਇਹ ਜਜ਼ੀਆ, ਕੈਪਟਨ ਅਮਰਿੰਦਰ ਸਿੰਘ ਜੀ ਨੇ ਤਾਂ ਹੁਣ ਕਹਿਣੀ ਸ਼ੁਰੂ ਕਹੀ ਆ, ਮੈਂ ਪਹਿਲੇ ਦਿਨ ਤੋਂ ਇਹ ਗੱਲ ਵਾਰ ਵਾਰ ਕਹਿ ਰਿਹਾ ਕਿ ਇਹ ਜਜ਼ੀਆ ਟੈਕਸ ਹੈ, ਨਹੀਂ ਲੱਗਣਾ ਚਾਹੀਦਾ। ਔਰ ਮੈਂ ਅੱਜ ਵੀ ਕਹੂੰਗਾ ਕਿ ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਤਾਂ ਜੋ ਆਪਦਾ ਵਾਅਦਾ ਕੀਤਾ ਸੀ ਉਸ 'ਤੇ ਪਾਬੰਦ ਰਹਿਣਾ ਚਾਹੀਦਾ।
ਜਾਂ ਜਿਹੜੇ ਕਹਿੰਦੇ ਸਨ ਜੀਵੇ ਜੀਵੇ ਪਾਕਿਸਤਾਨ ਠੋਕੋ ਤਾਲੀ, ਉਹੋ ਜਿਹਾ ਨੂੰ ਇਹ ਸਵਾਲ ਕਰੋ, ਮੈਨੂੰ ਗਰੀਬ ਨੂੰ ਕਾਹਦੇ ਲਈ ਕਰਦੇ ਹੋ? ਔਰ ਮੈਂ ਅੱਜ ਵੀ ਇਸ ਗੱਲ 'ਤੇ ਹਾਂ ਕਿ ਜੇ ਪਾਕਿਸਤਾਨ ਆਪਦੇ ਇਸ ਫੈਸਲੇ ਨੂੰ ਨਹੀਂ ਮੁੜ ਵਿਚਾਰਦਾ, ਫਿਰ ਸੂਬੇ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ, ਹਰ ਜ਼ਿੰਮੇਵਾਰੀ ਤੋਂ ਨਾ ਭੱਜੇ ਔਰ ਇਹ ਜ਼ਿੰਮੇਵਾਰੀ 'ਤੇ ਇਹਨੂੰ ਸਬਸਿਡੀ ਦੇਣ ਦਾ ਫੈਸਲਾ ਕਰੇ। ਨਹੀਂ, ਮੈਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਕਹਿੰਦਾ ਸੀ, ਮੈਂ ਨਹੀਂ ਕਹਿੰਦਾ ਭਾਈ ਸਾਹਿਬ, ਮੈਂ ਤਾਂ ਜੀਵੇ ਜੀਵੇ ਜਿਹੜੇ ਲੋਕ ਚੰਗੇ, ਜਿਹੜੀ ਆਈਐਸਆਈ ਤੇ ਇਹੋ ਜਿਹੀਆਂ ਗੱਲਾਂ ਕਰਦੇ ਹੋ, ਜਿਹੜੇ ਬੋਲਦੇ ਸੀ, ਤੁਹਾਨੂੰ ਕਿਹੜਾ ਨਹੀਂ ਪਤਾ ਜੀ? ਤੁਸੀਂ ਐਵੇਂ ਸਵਾਦ ਲੈਂਦੇ, ਤੁਹਾਨੂੰ ਸਭ ਪਤਾ ਹੀ ਹੈ। ਇੱਕ ਕੱਲ ਦਾ ਵੀ ਜੀ ਸ਼ਾਇਦ ਤੁਹਾਨੂੰ ਯਾਦ ਕਰਾਂਗੇ, ਬੜੇ ਇੰਪੋਰਟੈਂਟ ਗੱਲਾਂ ਤੁਹਾਨੂੰ ਕੱਲ ਦੇਣੀਆਂ ਜੀ ਇਸ ਮੁੱਦੇ ਤੇ।